ਸਤਿ ਸ੍ਰੀ ਅਕਾਲ ਦੋਸਤੋ, ਮੈਂ ਧਰਮਾ ਹਰਿਓ ਅਰੰਗ ਪੰਜਾਬ ਦੇ ਯੂਟਿਊਬ ਚੈਨਲ 'ਤੇ ਆਪ ਸਭ ਦਾ ਸਵਾਗਤ ਕਰਦਾ। ਸੋ ਅੱਜ ਸਾਡੇ ਨਾਲ ਨੇ ਗਿਆਨੀ ਅਮਰੀਕ ਸਿੰਘ ਜੀ ਨੰਗਲਾ, ਜਿਨ੍ਹਾਂ ਦੀ ਇੱਕ ਇੰਟਰਵਿਊ ਆਪਾਂ ਨੇ ਪਹਿਲਾਂ ਵੀ ਕੀਤੀ ਸੀ, ਜੋ ਕਿ ਸਾਡੇ ਗੁਰਮਤ ਦੇ ਬਾਰੇ ਦੇ ਵਿੱਚ ਕਾਫੀ ਜੋ ਕਿ ਗਿਆਨ ਰੱਖਦੇ ਨੇ, ਕਾਫੀ ਨੌਲੇਜ ਹੈ। ਸੋ ਪਹਿਲਾਂ ਵੀ ਕਾਫੀ ਵਿਚਾਰਾਂ ਆਪਣੇ ਨਾਲ ਸਾਂਝੀਆਂ ਕੀਤੀਆਂ ਸੀ। ਸੋ ਹੋਰ ਗੱਲਾਂ ਬਾਤਾਂ ਜਾਣਨ ਦੇ ਲਈ ਗੁਰਮਤ ਦੇ ਬਾਰੇ ਦੇ ਵਿੱਚ, ਵੀ ਇਹ ਦੁਨੀਆ ਦੀ ਸ੍ਰਿਸ਼ਟੀ ਦੇ ਸੰਬੰਧ ਦੇ ਵਿੱਚ, 84 ਲੱਖ ਜੂਨਾਂ ਦੇ ਸੰਬੰਧ ਦੇ ਵਿੱਚ, ਨਾਮ ਦੇ ਸੰਬੰਧ ਦੇ ਵਿੱਚ, ਆਪਾਂ ਆਓ ਫਿਰ ਅੱਜ ਫਿਰ ਗਿਆਨੀ ਅਮਰੀਕ ਸਿੰਘ ਜੀ ਨੰਗਲਾ ਜੀ ਦੇ ਨਾਲ ਕਰਦੇ ਹਾਂ ਵਿਚਾਰਾਂ। ਹਾਂਜੀ ਬਾਬਾ ਜੀ, ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਜੀ ਧਰਮ ਸਿੰਘ ਜੀ, ਜੋ ਰੰਗ ਪੰਜਾਬ ਦੇ ਯੂਟਿਊਬ ਚੈਨਲ 'ਤੇ ਆਪ ਜੀ ਨੇ ਮੇਰੇ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ, ਜਿੰਨਾ ਕੁ ਹੋ ਸਕਿਆ ਉਨਾ ਕੁ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਸਾਡਾ ਜਿਹੜਾ ਧਰਾਤਲ ਹੈ, ਬੈਕਗਰਾਉਂਡ ਹੈ, ਉਹ ਸਿੱਖੀ ਦਾ, ਸਿੱਖੀ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੁੰਦੀ ਹੈ, ਅਤੇ ਉਸੇ ਕਰਕੇ ਅਸੀਂ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਹੈ, ਇਹ ਸਾਡੀ ਗਰਾਊਂਡ ਹੈ, ਇਹਦੇ ਹਿਸਾਬ ਨਾਲ ਅਸੀਂ ਨੇ ਮਤਲਬ ਸਾਰਾ ਕੁਛ ਦੱਸਣਾ। ਜਿਵੇਂ ਤੁਸੀਂ ਕਬੱਡੀ ਦੇ ਟੂਰਨਾਮੈਂਟਾਂ 'ਚ ਜਾਂਦੇ ਹੋ, ਉਹ ਗਰਾਊਂਡ ਹੁੰਦੀ ਹੈ, ਉੱਥੇ ਦੇ ਮੁਤਾਬਕ ਦੱਸਦੇ ਹੋ, ਲੇਕਿਨ ਸਾਡਾ ਜਿਹੜਾ ਗਰਾਊਂਡ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਹੈ। ਹਾਂਜੀ ਹਾਂਜੀ ਹਾਂਜੀ, ਜੋ ਕੁਛ ਸਾਡੇ ਇਹ ਵਿਚਾਰ ਨਹੀਂ ਹੈਗੇ, ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਮਿਹਰ ਹੈ, ਵੀ ਉਹ ਸਾਡੇ ਕੋਲੋਂ ਕਹਾ ਰਹੇ ਨੇ। ਜੀ 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 ਬਿਲਕੁਲ ਜੀ। ਸੋ ਬਾਬਾ ਜੀ, ਆਪਾਂ ਵਿਚਾਰਾਂ ਦੀ ਸ਼ੁਰੂਆਤ ਕਰੀਏ, ਅਤੇ ਪਹਿਲਾ ਸਵਾਲ ਹੈ ਜਿਹੜਾ, ਇੱਕ ਇਹ ਹੈ ਵੀ ਜਿਹੜਾ 84 ਲੱਖ ਜੂਨੀ ਦਾ ਚੱਕਰ ਚੱਲਦਾ, ਕਿਉਂਕਿ ਹਰ ਇੱਕ ਥਾਂ 'ਤੇ ਇਹ ਗੱਲ ਕੋਈ ਜਿਹਤੋਂ ਮਰਜ਼ੀ ਸੁਣੀਏ ਤਾਂ ਉਹ ਇੱਕੋ ਹੀ ਗੱਲ ਹੁੰਦੀ ਹੈ ਵੀ 84 ਲੱਖ ਜੂਨਾਂ ਤੋਂ ਬਾਅਦ ਜਿਹੜਾ ਬੰਦਾ ਉਹ ਇਨਸਾਨੀ ਜਾਮੇ ਦੇ ਵਿੱਚ ਆਉਂਦਾ, ਅਤੇ ਇਹ ਜਿਹੜਾ 84 ਲੱਖਾਂ ਵਾਲਾ ਚੱਕਰ ਹੈ ਜੀ, ਇਹ ਹੈ ਕੀ ਹੈ, ਕਿਸ ਤਰ੍ਹਾਂ ਦੀਆਂ ਨੇ ਇਹ? ਧਰਮ ਸਿੰਘ ਜੀ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਬਦ ਹੈ, ਪਹਿਲ ਬਸੰਤ ਹੈ ਆਗਮਨ, ਤਿਸਕਾ ਕਰੋ ਵਿਚਾਰ ਜੀ, ਵੀ ਤੇਰੇ ਇਸ ਆਵਾਗੌਣ ਤੋਂ ਜਾਂ ਜੂਨਾਂ 'ਚ ਪੈਣ ਤੋਂ ਪਹਿਲਾਂ ਤੂੰ ਕਿੱਥੇ ਵੱਸਦਾ ਸੀ, ਇਹਦਾ ਵਿਚਾਰ ਕਰ। ਹਾਂਜੀ, ਹੁਣ ਇਸ ਸ੍ਰਿਸ਼ਟੀ ਦੀ ਰਚਨਾ ਬਾਰੇ, ਪਹਿਲਾਂ ਆਪਾਂ ਨੇ ਰੱਬ ਦੇ ਬਾਰੇ ਵਿਚਾਰ ਕਰੀ ਸੀ, ਹੁਣ ਆਪਾਂ ਸ੍ਰਿਸ਼ਟੀ ਦੇ ਬਾਰੇ ਵਿਚਾਰ ਕਰਦੇ ਹਾਂ। ਹਾਂਜੀ, ਇਸ ਸ੍ਰਿਸ਼ਟੀ ਦੀ ਰਚਨਾ ਬਾਰੇ ਅੱਡੋ ਅੱਡੀ ਮਤਾਂਤਰ ਨੇ, ਮਤਾਂ ਨੇ ਅੱਡੋ ਅੱਡੀ ਦੱਸਿਆ ਗਿਆ। ਕੋਈ ਕਹਿੰਦਾ ਵੀ ਇਹ ਤਿੰਨ ਨੇ ਬਣਾਈ ਹੈ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ, ਆਪਣੇ ਵੇਦਾਂ ਦੇ ਮੁਤਾਬਕ ਬ੍ਰਹਮਾ ਵਿਸ਼ਨੂੰ ਮਹੇਸ਼ ਨੇ ਵੀ ਇਸ ਦੀ ਸਿਰਜਣਾ ਕੀਤੀ ਹੈ, ਲੇਕਿਨ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ 1035 ਅੰਗ 'ਤੇ ਸਾਨੂੰ ਦੱਸਿਆ ਹੈ, ਉਹ ਇਸ ਤਰ੍ਹਾਂ ਜੀ, ਮਾਰੂ ਮਹਿਲਾ ਪਹਿਲਾ, ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨ ਹੁਕਮ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਸੁੰਨ ਸਮਾਧ ਲਗਾਈ ਦਾ, ਖਾਣੀ ਨਾ ਬਾਣੀ ਪਾਉਣ ਨਾ ਪਾਣੀ, ਓਪਤ ਖਪਤ ਨਾ ਆਵਣ ਜਾਣੀ, ਖੰਡ ਪਤਾਲ ਸਪਤ ਨਹੀਂ ਸਾਗਰ ਨਦੀ ਨਾ ਨੀਰ ਬਹਾਈ ਦਾ, ਨਾ ਤਦ ਸੁਰਗ ਮੱਛ ਪਿਆਲਾ, ਦੋਜਕ ਭਿਸਤ ਨਹੀਂ ਖੈ ਕਾਲਾ, ਨਰਕ ਸੁਰਗ ਨਹੀਂ ਜੰਮਣ ਮਰਨਾ, ਨਾ ਕੋ ਆਏ ਨਾ ਜਾਈ ਦਾ, ਬ੍ਰਹਮਾ ਵਿਸ਼ਨ ਮਹੇਸ਼ ਨਾ ਕੋਈ, ਅਵਰ ਨਾ ਦਿਸੈ ਏਕੋ ਸੋਈ, ਨਾਰ ਪੁਰਖ ਨਹੀਂ ਜਾਤ ਨਾ ਜਨਮਾ, ਨਾ ਕੋ ਦੁੱਖ ਸੁਖ ਪਾਈ ਦਾ, ਨਾ ਤਦ ਜਤੀ ਸਤੀ ਬਨਵਾਸੀ, ਨਾ ਤਦ ਸਿੱਧ ਸਾਧਕ ਸੁਖ ਵਾਸੀ, ਜੋਗੀ ਜੰਗਮ ਭੇਖ ਨਾ ਕੋਈ, ਨਾ ਕੋ ਨਾਥ ਕਹਾਈ ਦਾ, ਜਪ ਤਪ ਸੰਜਮ ਨਾ ਵਰਤ ਪੂਜਾ, ਨਾ ਕੋ ਆਖ ਵਿਖਾਣਾ ਦੂਜਾ, ਆਪੇ ਅਪਾਏ ਵਿਕਸੈ ਆਪੇ, ਆਪੇ ਕੀਮਤ ਪਾਈ ਦਾ। ਸ਼ਬਦ ਲੰਮਾ ਵੈਸੇ, ਉਹਦੇ ਨਾਲ ਆਪਣੇ ਸਮੇਂ ਦੀ ਵਡੋਤਰੀ ਹੋ ਜਾਂਦੀ ਹੈ। ਸੋ ਇਹਦੇ ਵਿੱਚ ਗੁਰੂ ਜੀ ਦੱਸਦੇ ਨੇ ਵੀ ਇਹ ਸ੍ਰਿਸ਼ਟੀ 'ਤੇ ਆਪਾਂ ਹੁਣ ਜਿਹੜਾ ਕੁਛ ਦੇਖ ਰਹੇ ਹਾਂ, ਵੀ ਇਦੋਂ ਪਹਿਲਾਂ ਕੀ ਸੀ,
ਪਹਿਲਾਂ ਉਹ ਕਹਿੰਦੇ ਅਰਬਦ ਨਰਬਦ ਧੁੰਦੂਕਾਰਾ, ਉਸ ਧੁੰਦੂਕਾਰੇ ਨੂੰ, ਉਸ ਧੁੰਦਲਕੇ ਨੂੰ ਆਪਾਂ ਕਰੋੜਾਂ ਜਾਂ ਅਰਬਾਂ ਦੇ ਨਾਲ ਵੀ ਤਸਵੀਰ ਨਹੀਂ ਕਰ ਸਕਦੇ, ਕਿਉਂਕਿ ਉਦੋਂ ਗਿਣਤੀਆਂ ਹੀ ਨਹੀਂ ਸੀਆਂ, ਕੋਈ ਮੈਥੇਮੈਟਿਕਸ ਨਹੀਂ, ਕੁਛ ਨਹੀਂ ਸੀ, ਪਤਾ ਹੀ ਨਹੀਂ ਸੀ ਕਿਸੇ ਨੂੰ ਵੀ ਕੀ ਹੈ ਕੀ ਨਹੀਂ। ਤਾਂ ਫਿਰ ਉਹ ਜਦੋਂ ਕਹਿੰਦੇ ਨੇ ਵੀ ਪਹਿਲ ਬਸੰਤਾ ਆਗਮਨ ਤਿਸਕਾ ਕਰੋ ਵਿਚਾਰ, ਜਦੋਂ ਇਹ ਆਵਾਗਾਉਣ ਸ਼ੁਰੂ ਹੋਇਆ ਉਸ ਦਾ ਵਿਚਾਰ ਕਰੋ। ਹੁਣ ਇੱਥੇ ਦੱਸਿਆ ਬਾਬਾ ਜੀ ਨੇ ਵੀ ਭਾਈ ਉਦੋਂ ਕੁਛ ਵੀ ਨਹੀਂ ਸੀ, ਲੇਕਿਨ ਜਿਹੜਾ ਕਰਤਾ ਉਹ ਵੀ ਸੁਣ ਸਮਾਧ 'ਚ ਬੈਠਾ ਸੀ। ਸੁਣਨ ਦਾ ਮਤਲਬ ਕਈ ਤਰ੍ਹਾਂ ਦਾ ਹੋ ਜਾਂਦਾ, ਜਿਵੇਂ ਸੁਣਿਆ ਸੰਸਕ੍ਰਿਤ ਦਾ ਸ਼ਬਦ ਹੈ ਜੀਰੋ, ਆਪਾਂ ਕਹਿ ਦਿੰਦੇ ਹਾਂ ਵੀ ਕੁਛ ਵੀ ਨਹੀਂ। ਹਾਂਜੀ, ਸੋ ਜੀਰੋ ਦੀ ਖੋਜ ਵੀ ਬਾਅਦ ਦੇ ਵਿੱਚ ਹੋਈ ਹੈ, ਇਹ ਆਰੀਆ ਭੱਟ ਨੇ ਖੋਜਿਆ। ਖੋਜ ਕਰਨਾ ਅਤੇ ਅਵਿਸ਼ਕਾਰ ਕਰਨਾ ਅਲੱਗ ਅਲੱਗ ਨੇ ਇਹ ਦੋਨੋਂ ਹੀ। ਖੋਜ ਦਾ ਮਤਲਬ ਇਹ ਹੁੰਦਾ ਵੀ ਪਹਿਲਾਂ ਉਹ ਚੀਜ਼ ਹੈਗੀ ਹੈ, ਉਸ ਨੂੰ ਪ੍ਰਗਟ ਕਰਕੇ ਦੁਨੀਆ 'ਚ ਦੱਸ ਦੇਣਾ। ਜੀ, ਜਿਸ ਤਰ੍ਹਾਂ ਲਾਅ ਆਫ ਗ੍ਰੈਵੀਟੇਸ਼ਨ ਹੈਗਾ ਤਾਂ ਕੁਦਰਤ 'ਚ ਪਹਿਲਾਂ ਹੀ ਸੀ, ਲੇਕਿਨ ਨਿਊਟਨ ਨੇ ਇਸ ਨੂੰ ਖੋਜ ਕਰਕੇ ਪ੍ਰਗਟ ਕਰਕੇ ਦੱਸਤਾ। ਇਸੇ ਤਰ੍ਹਾਂ ਹੀ ਇਹ ਜਿਹੜਾ ਜੀਰੋ ਸੀ ਇਹ ਹੈ ਤਾਂ ਪਹਿਲਾਂ ਹੀ ਸੀ, ਲੇਕਿਨ ਆਰੀਆ ਭੱਟ ਨੇ ਇਸ ਨੂੰ ਖੋਜ ਕੇ ਉਹ ਕੀਤਾ, ਲੇਕਿਨ ਇਹਦੀ ਜਿਹੜੀ ਸ਼ਕਲ ਸੂਰਤ ਬਣਾਈ ਸੀ ਉਹ ਪਿੰਗਲਾਂ ਨੇ ਬਣਾਈ ਸੀ। ਆਪਾਂ ਪੰਜਾਬੀ 'ਚ ਵੀ ਪਿੰਗਲ ਅਰੂਸ ਕਹਿ ਦਿੰਦੇ ਹਾਂ ਵੀ ਉਹ ਪੜ੍ਹੇ ਬਿਨਾਂ ਸਾਨੂੰ ਪਤਾ ਨਹੀਂ ਚੱਲਦਾ ਕਾਸੀ ਦਾ। ਇਸੇ ਤਰ੍ਹਾਂ ਹੀ ਅੱਛਾ ਦੂਸਰੀ ਗੱਲ ਆ ਜਾਂਦੀ ਹੈ ਇਹ ਵੀ ਇਸ ਨੂੰ ਸੱਚ ਕਰਨ ਦੇ ਵਾਸਤੇ ਗਿਣਤੀ ਹੈ ਜਿਹੜੀ ਉਹ ਜ਼ਰੂਰੀ ਹੋ ਜਾਂਦੀ ਹੈ। ਜਿੰਨਾ ਚਿਰ ਅਸੀਂ ਗਿਣਤੀ ਨਹੀਂ ਸਹੀ ਦੱਸਦੇ ਹੈਗੇ ਉਨਾ ਚਿਰ ਕੋਈ ਸੱਚ ਨਹੀਂ ਮੰਨਦਾ। ਹਾਂਜੀ, ਇਹ ਦੋ ਤਰੀਕੇ ਨੇ, ਇੱਕ ਗਲਪ ਇੱਕ ਗਣਿਤ। ਜੀ, ਜਿਹੜਾ ਗਲਪ ਹੈ ਉਹ ਜੇ ਆਪਾਂ ਵਿੱਚੋਂ ਲੱਲਾ ਕੱਢ ਦਈਏ ਤਾਂ ਗੱਪ ਬਣ ਜੂਗਾ। ਹਾਂਜੀ, ਜੇ ਪਿੱਛੋਂ ਪੱਪਾ ਹਟਾ ਦਈਏ ਫਿਰ ਉਹ ਗੱਲ ਬਣ ਜੂਗਾ। ਜਿਹੜਾ ਗਣਿਤ ਹੈ ਜੇ ਨਾਣਾ ਕੱਢ ਦਈਏ ਤਾਂ ਗੱਤ ਬਣ ਜੂਗਾ, ਜੇ ਤੱਤਾ ਲਾ ਦਈਏ ਤਾਂ ਗਣ ਬਣ ਜੂਗਾ। ਹਾਂਜੀ, ਸੋ ਇਹ ਅੱਡੋ ਅੱਡੀ ਚੀਜ਼ ਹੈ। ਹੁਣ ਇਹ ਜਿਹੜਾ ਜਿੰਨੀ ਵੀ ਵਾਰਤਾ ਲਿਖੀ ਜਾਂਦੀ ਹੈ ਆਪਣੀ ਉਹ ਸਾਰੇ ਗੱਪੀ ਨੇ, ਉਹ ਕਲਪਨਾਵਾਂ ਨੇ। ਹਾਂਜੀ, ਇਹਨੂੰ ਸਿੱਧ ਕਰਨ ਵਾਸਤੇ ਹਿਸਾਬ ਕਿਤਾਬ ਦਾ ਸਹਾਰਾ ਲਿਆ ਜਾਂਦਾ, ਬਿਨਾਂ ਹਿਸਾਬ ਤੋਂ ਕੋਈ ਸੱਚੀ ਸਿੱਧ ਨਹੀਂ ਹੋ ਸਕਦੀ। ਹੁਣ ਉਹਨਾਂ ਨੇ ਤਿੰਨ ਤੋਂ ਸ਼ੁਰੂ ਕਰਤਾ, ਬਾਬਾ ਜੀ ਨੇ ਇੱਕ ਤੋਂ ਸ਼ੁਰੂ ਕਰਤਾ ਵੀ ਭਾਈ ਤਿੰਨ ਨਹੀਂ, ਉਹ ਤਿੰਨਾਂ ਤੋਂ ਗਾਹਾਂ 33 ਕਰੋੜ ਦੇਵਤੇ ਬਣਾਤੇ, 33 ਕਰੋੜ ਦੇਵਤਿਆਂ ਤੋਂ ਗਾਹਾਂ 84 ਲੱਖ ਜੂਨੀਆਂ ਬਣਾਤੀਆਂ। ਹੁਣ ਜੇ ਆਪਾਂ ਜੂਨੀ ਨੂੰ ਲੈਂਦੇ ਹਾਂ, ਜੂਨ ਇੱਕ ਸ਼ਬਦ ਹੈ, ਉਹ ਜਿਹੜੇ ਕੀਟ ਹੁੰਦੇ ਨੇ ਆਪਣੇ, ਜਿਵੇਂ ਕੱਟਰੂ ਹੁੰਦਾ ਕੋਈ, ਬਛਰੂ ਹੁੰਦਾ, ਜਦੋਂ ਉਹ ਮਿੱਟੀ ਮੁੱਟੀ ਖਾ ਲੈਂਦਾ ਉਹਦੇ ਅੰਦਰ ਮਲੱਪ ਜੇ ਪੈ ਜਾਂਦਾ, ਜੂਨਾਂ ਪੈ ਜਾਂਦੀਆਂ ਨੇ, ਉਹਨੂੰ ਵੀ ਜੂਨ ਕਹਿੰਦੇ ਨੇ। ਇੱਕ ਹੁੰਦਾ ਜੂਨ, ਉਹ ਹੁੰਦਾ ਰਸਤਾ। ਉਹ ਜਿਹੜਾ ਰਸਤਾ ਆਵਣ ਜਾਣਾ ਹੈ ਉਹ ਪੁਰਾਣੇ ਮੱਤਾਂ ਦੇ ਹਿਸਾਬ ਨਾਲ 4 ਤਰੀਕਿਆਂ ਦਾ ਹੈ, ਜੇਰਜ ਅੰਡਜ ਸੇਤਜ ਉਤਪੁਜ। ਲੇਕਿਨ ਜਿਹੜੀ ਇਸ ਦੀ ਖੋਜ ਕੁਛ ਹਿਸਾਬ ਨਾਲ ਮੈਂ ਕੀਤੀ ਹੈ, ਉਹ ਇਹ ਹੈ ਵੀ ਇਹ ਚਾਰਾਂ ਦਾ ਮਤਲਬ ਇਹ ਹੈਗਾ ਵੀ ਇਹ ਖੁਰਾਕ ਦੇ ਭੰਡਾਰ ਨੇ ਉਸ ਜੀਵ ਵਾਸਤੇ ਜਿਹੜੇ ਨੇ ਜਨਮ ਲੈਣਾ ਸੀ, ਜਿਹੜੇ ਨੂੰ ਬਣਾਇਆ ਉਸ ਦੇ ਵਾਸਤੇ ਇਹ ਚਾਰੇ ਖੁਰਾਕ ਦੇ ਭੰਡਾਰ ਨੇ। ਜੇਰ ਵੀ ਸਾਨੂੰ ਉਸ ਜੀਵ ਨੂੰ ਖੁਰਾਕ ਪਹੁੰਚਾਉਂਦੀ ਹੈ, ਅੰਡੇ ਦੇ ਵਿੱਚ ਜੋ ਕੁਛ ਹੁੰਦਾ ਉਹ ਵੀ ਉਹ ਜੀਵ ਖਾਂਦਾ, ਸਿਹਤ ਜੈ ਜਿਹੜੀ ਮੈਲ ਹੈ ਮੈਲ ਖਾ ਕੇ ਜੀਵ ਵੱਧਦੇ ਨੇ ਫੁੱਲਦੇ ਨੇ ਉੱਥੇ ਪੈਦਾ ਹੁੰਦੇ ਨੇ, ਸਿਹਤ ਜਾਂ ਉਤਪਜ ਹੋ ਗਈ, ਇਹ ਵੀ ਖੁਰਾਕ ਇਸ ਦੀ ਜਿਹੜੀ ਮਿੱਟੀ ਹੈ ਜਾਂ ਕੋਈ ਹੋਰ ਹੈ। ਇਹ ਇਸ ਤਰ੍ਹਾਂ ਮਤਲਬ ਇਹ 4 ਚੀਜ਼ਾਂ ਹੈ ਇੱਕੋ ਹੀ, ਅੰਡਮੈ ਬ੍ਰਹਿਮੰਡ, ਅੰਡਾ ਬਣਦਾ ਜਿਹੜੀ ਜੇਰ ਤੋਂ ਚੀਜ਼ ਖੁਰਾਕ ਦਿੰਦੀ ਹੈ, ਉਹ ਵੀ ਪਹਿਲਾਂ ਅੰਡੇ ਹੁੰਦੇ ਨੇ, ਔਰਤ ਦੇ ਪੇਟ 'ਚ ਅੰਡੇ ਹੁੰਦੇ ਨੇ, ਉਹ ਬਾਹਰ ਆਉਂਦੇ ਨੇ, ਉਹ ਆਪਣੇ ਸ਼ੁਕਰਾਣੂ ਨੂੰ ਲੈ ਕੇ ਜਾਂਦੇ ਨੇ,
ਆਪਣੇ ਵੀ ਅੰਡਕੋਸ਼ ਕਿਹਾ ਜਾਂਦਾ ਪਤਾਲੂਆਂ ਨੂੰ, ਮਾਫ ਕਰਨਾ ਥੋੜੇ ਜਿਹੇ ਸ਼ਬਦ ਉਹ ਕਰਨੇ ਪੈਂਦੇ ਨੇ ਵੀ ਉਹਨਾਂ ਨੂੰ ਵੀ ਅੰਡਕੋਸ਼ ਕਿਹਾ ਜਾਂਦਾ। ਤੇ ਇਹ ਜਦੋਂ ਜਿਹੜੇ ਹੁਣ ਆ ਗਏ ਅੱਗੇ ਅੰਡਜ, ਅੰਡੇ ਤੋਂ ਉਹ ਵੀ ਅੰਡਾ ਹੋ ਗਿਆ, ਫਿਰ ਅੱਗੇ ਆ ਜਾਂਦਾ ਵੀ ਮੈਲ ਤੋਂ, ਮੈਲ ਦੇ ਵੀ ਅੰਡੇ ਬਣਦੇ ਨੇ, ਉੱਥੇ ਜੀਵ ਪੈਦਾ ਹੁੰਦੇ ਨੇ। ਜਿਹੜੀ ਚੀਜ਼ ਹੁਣ ਬਨਸਪਤੀ ਆ ਗਈ, ਉਤਪੁਜ ਆ ਗਈ, ਅਸੀਂ ਜਦੋਂ ਪਹਿਲਾਂ ਖੇਤੀ ਕਰਦੇ ਸੀ ਉਦੋਂ ਗਿੱਲ ਦੇਖਦੇ ਹੁੰਦੇ ਲੱਡੂ ਜਿਹਾ ਵੱਟ ਕੇ ਵੀ ਇਹਦਾ ਹੁਣ ਅੰਡਾ ਬਣਦਾ ਭਾਈ ਗਿੱਲ ਦਾ, ਹੁਣ ਇੱਥੇ ਚੀਜ਼ ਹਰੀ ਹੋਊਗੀ, ਇਹਦਾ ਮਤਲਬ ਉਹ ਵੀ ਅੰਡੇ ਤੋਂ ਹੀ ਹੋ ਗਿਆ। ਲੇਕਿਨ ਇਹ ਚੀਜ਼ਾਂ ਖੁਰਾਕ ਦਿੰਦੀਆਂ ਸੀ। ਸੋ ਬਾਬਾ ਜੀ ਨੇ ਸ੍ਰਿਸ਼ਟੀ ਰਚਨਾ ਦਾ ਸਾਰਾ ਦ੍ਰਿਸ਼ਟਾਂਤ ਜਿਹੜਾ ਦਿੱਤਾ ਹੈ ਉਹ ਇੱਕ ਤੋਂ ਸ਼ੁਰੂ ਕਰਿਆ ਵੀ ਭਾਈ ਇੱਕੋ ਹੀ ਸੀ, ਹੋਰ ਤੁਸੀਂ ਨਾ 84 ਲੱਖ ਗਿਣੋ, ਨਾ 33 ਕਰੋੜ ਦੇਵਤੇ ਗਿਣੋ, ਨਾ 3 ਗਿਣੋ, ਉਹ 3 ਨੂੰ ਬਣਾਉਣ ਵਾਲਾ ਕੌਣ ਸੀ, ਉਹ ਵੀ ਇੱਕੋ ਹੀ ਸੀ। ਸੋ ਇਸ ਤਰ੍ਹਾਂ ਇਹ ਜਿਹੜਾ 84 ਲੱਖ ਦਾ ਗੇੜ ਹੁਣ ਸਾਨੂੰ ਪਾਇਆ ਵੀ ਭਾਈ ਤੁਸੀਂ 84 ਦੇ ਚੱਕਰ 'ਚ ਪੈ ਜਾਓਗੇ ਜੇ ਤੁਸੀਂ ਆਹ ਨਾ ਕਰਿਆ। ਹੁਣ ਜਿਸ ਤਰ੍ਹਾਂ ਜੇ ਆਪਾਂ ਕਣਕ ਬੀਜਦੇ ਹਾਂ ਜੀ ਤਾਂ ਉਹਦੀ ਕਣਕ ਹੀ ਹੁੰਦੀ ਹੈ, ਛੋਲੇ ਬੀਜਦੇ ਆ ਛੋਲੇ ਪੈਦਾ ਹੁੰਦੇ ਨੇ, ਉਹਦਾ ਬੀਜ ਤਾਂ ਨਹੀਂ ਬਦਲਦਾ, ਉਹਦਾ ਕਨਸੈਪਟ ਨਹੀਂ ਬਦਲਦਾ। ਇਸੇ ਤਰ੍ਹਾਂ ਹੀ ਜਿਹੜਾ ਮਨੁੱਖੀ ਜੀਵ ਹੈ, ਮਨੁੱਖੀ ਸ਼ੁਕਰਾਣੂ ਹੈ, ਉਹ ਕਿਤੇ ਮਰਜ਼ੀ ਫਿਰੀ ਜਾਵੇ ਉਸਨੇ ਮਨੁੱਖ ਹੀ ਬਣਨਾ, ਹੋਰ ਕਿਸੇ 84 ਚ ਨਹੀਂ ਪੈਣਾ। 84 ਦਾ ਇੱਕ ਹੋਰ ਵੀ ਅਰਥ ਆ ਜਾਂਦਾ, ਮਤਲਬ ਜੇ 84 ਨੂੰ ਆਪਾਂ 84 ਕਹਿ ਦਈਏ ਉਹ ਹੋ ਜਾਂਦਾ ਵੀ 84 ਆਚਾਰ ਸੰਹਿਤਾ, ਵੀ ਜਿਹੜੀ ਮਨੁੱਖ ਵਾਸਤੇ ਆਚਾਰ ਸੰਹਿਤਾ ਹੈ ਉਹ ਜਿਹੜੀ ਹੈਗੀ ਆ ਉਹ ਬੰਦੇ ਨੂੰ ਇਸੇ ਜੀਵਨ 'ਚ ਹੀ ਸਾਰਾ ਕੁਛ ਦਿਖਾ ਦਿੰਦੀ ਹੈ ਜੀ, ਵੀ ਤੂੰ ਭਾਈ ਕਿਸ ਤਰ੍ਹਾਂ ਦਾ, ਤੂੰ ਸੱਪ ਵਾਂਗੂ ਫੁਕਾਰੇ ਮਾਰਦਾ, ਤੂੰ ਝੋਟੇ ਵਾਂਗੂ ਭਿੜਦਾ, ਤੂੰ ਗਧੇ ਵਾਂਗੂ ਲਿਟਦਾ, ਤੂੰ ਕੁੱਤੇ ਵਾਂਗੂ ਭੱਜਿਆ ਫਿਰਦਾ, ਉਹ ਸਾਰੇ ਆਪਾਂ ਨੂੰ ਚੁਣੀਆਂ ਆਪਣੇ 'ਚ ਇੱਥੇ ਦਿਖਾ ਦਿੰਦੇ ਨੇ ਵੀ ਭਾਈ ਤੇਰਾ ਆਹ ਲੋਭ ਲਾਲਚ ਹੈ ਜੀ, ਹੈ ਜੀ, ਤੂੰ ਇਸ ਤਰ੍ਹਾਂ। ਅੱਛਾ ਹੁਣ ਦੂਸਰੇ ਜਦੋਂ ਸ੍ਰਿਸ਼ਟੀ ਪਹਿਲਾਂ ਇੱਕੋ ਹੀ ਸੀ, ਏਕਮ ਇੱਕ ਹੈ ਆਪ ਅਪਾਇਆ, ਦੁਬਦਾ ਦੂਜਾ ਤ੍ਰਿਵਿਧ ਮਾਇਆ, ਵੀ ਪਹਿਲਾਂ ਉਹ ਇੱਕ ਨੇ ਪਰਮਾਤਮਾ ਨੇ, ਏਕਮ ਇੱਕ ਹੈ ਪਹਿਲੀ ਵਾਰੀ ਆਪਦੇ ਆਪ ਨੂੰ ਸਿਰਜ ਲਿਆ, ਦੁਬਦਾ ਦੂਜਾ ਹੁਣ ਉਸਨੇ ਦੂਜਾ ਪੈਦਾ ਕਰਤਾ, ਉਹ ਇੱਕ ਕੀ ਸੀ, ਉਹ ਜਪਜੀ ਸਾਹਿਬ ਦੇ ਸ਼ੁਰੂ 'ਚ ਜਿਹੜਾ ਹੁੰਦਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ। ਲੇਕਿਨ ਜਿਹੜਾ ਦੂਜਾ ਬਣਾਇਆ ਉਹ ਕਿਹੋ ਜਿਹਾ ਬਣਾਤਾ, ਉਹ ਬਣਾਤਾ ਮਤਲਬ ਸਤਨਾਮ ਤਾਂ ਹੈ ਹੀ ਨਹੀਂ ਸੀ, ਕਰਤਾ ਉਹ ਸੀਗਾ, ਇਹਨੂੰ ਨਾਲ ਬਣਾਤਾ ਵੀ ਤੂੰ ਭਾਈ ਕਰਤਾ ਨਹੀਂ ਹੈਗਾ, ਤੂੰ ਬਣਾਉਣ ਵਾਲਾ, ਊਂ ਦੂਸਰਾ ਤੇਰੇ ਤੂੰ ਚੀਜ਼ਾਂ ਉਪਜਿਆ ਕਰਨਗੀਆਂ। ਨਿਰਭਉ ਉਹ ਨਿਰਭਉ ਸੀ, ਇਹਨੂੰ ਭਉ ਵਾਲਾ ਬਣਾਤਾ, ਡਰ ਇਹਦੇ 'ਚ ਅੰਦਰ ਡਰ ਪੈਦਾ ਕਰਤਾ। ਉਹ ਨਿਰਵੈਰ ਹੈ, ਇਹਦੇ ਅੰਦਰ ਵੈਰ ਪੈਦਾ ਕਰਤਾ, ਦੂਜਾ ਬਣ ਗਿਆ ਨਾ ਇਹ। ਅਕਾਲ ਮੂਰਤ ਉਹ ਕਾਲ ਤੋਂ ਰਹਿਤ ਹੈ, ਇਹਦੀ ਮੂਰਤ ਕਾਲ 'ਚ ਆ ਜਾਂਦੀ ਹੈ, ਉਹ ਅਜੂਨੀ ਕਿਸੇ ਰਸਤੇ 'ਚ ਨਹੀਂ ਆਉਂਦਾ, ਇਹ ਰਸਤਿਆਂ ਵਿੱਚ ਦੀ ਆਉਂਦਾ। ਹੁਣ ਸਾਡੇ ਰਾਹ ਜਦੋਂ ਅਸੀਂ ਨੌਜਵਾਨ ਹੁੰਦੇ ਹਾਂ, ਆਪਾਂ ਨੌਜਵਾਨ ਹੁੰਦੇ ਹਾਂ, ਉਦੋਂ ਸਾਡੇ 'ਚ ਸ਼ੁਕਰਾਣੂ ਉਹ ਆਉਂਦੇ ਕਿੱਥੋਂ ਨੇ, ਬਚਪਨ ਹੁੰਦਾ, ਬਚਪਨ ਤੋਂ ਬਾਅਦ ਜਵਾਨੀ ਆ ਜਾਂਦੀ ਹੈ, ਜਵਾਨੀ ਦੇ ਵਿੱਚ ਸਾਡੇ ਅੰਦਰ ਸੰਭੋਗ ਦੀ ਭਾਵਨਾ ਪੈਦਾ ਹੋ ਜਾਂਦੀ ਹੈ, ਉੱਧਰ ਜਿਹੜੀ ਮੱਦ ਹੈ ਉਹਦੇ ਅੰਦਰ ਵੀ ਇਹੀ ਚੀਜ਼ ਉੱਠਦੀ ਹੈ, ਤਾਂ ਉਹ ਇਸ ਤਰ੍ਹਾਂ ਮੇਲ ਦੇ ਨਾਲ ਉਹ ਜਦੋਂ ਚੀਜ਼ ਹੋ ਜਾਂਦੀ ਹੈ ਤਾਂ ਉਹ ਰਸਤੇ ਵਿੱਚ ਦੀ ਹੀ ਆਉਂਦੀ ਹੈ। ਉਸਨੂੰ ਜੋ ਜਨਨੀ ਅੰਗ ਕਹਿਤਾ, ਇਸਨੂੰ ਲਿੰਗ ਕਹਿਤਾ, ਲਿੰਗ ਦਾ ਮਤਲਬ ਜੁੜਨਾ ਵੀ ਹੁੰਦਾ, ਅਲਿੰਗਨ ਕਰਨਾ, ਜਿਵੇਂ ਕਹਿੰਦੇ ਨੇ ਵੀ ਅਲਿੰਗਨ ਕੀਤਾ, ਜੱਫੀ ਪਾਈ ਜਾਂ ਹੋਰ ਕੁਛ ਕਰਿਆ, ਲਿੰਗ ਦਾ ਮਤਲਬ ਇਹ ਨਹੀਂ ਜਿਹੜਾ ਇਹ ਲੋਕ ਪੂਜਾ ਕਰ ਰਹੇ ਨੇ,
ਲਿੰਗ ਦਾ ਮਤਲਬ ਹੁੰਦਾ ਜੁੜਨਾ। ਹੁਣ ਆਪਾਂ ਮਾਦਾ ਨਾਲ ਜੁੜਦੇ ਹਾਂ ਤਾਂ ਫਿਰ ਤੀਸਰੀ ਚੀਜ਼ ਪੈਦਾ ਹੁੰਦੀ ਹੈ। ਹੁਣ ਸਿੰਭ, ਸਿੰਭ ਦਾ ਹੈਗਾ ਵੀ ਸਵੈ, ਆਪਣੇ ਆਪ ਤੋਂ, ਉਹ ਤਾਂ ਆਪਦੇ ਆਪ ਤੋਂ ਸੀ, ਆਪਾਂ ਕਿਸੇ ਦੇ ਦੁਆਰਾ ਬਣਾਏ ਗਏ ਹਾਂ। ਸੋ ਇਸ ਤਰ੍ਹਾਂ ਇਹ ਜਿਹੜੀ ਸ੍ਰਿਸ਼ਟੀ ਦੀ ਰਚਨਾ ਹੋਈ ਦੂਜੇ ਦੀ, ਮਨ ਦੀ, ਯਾਨੀ ਦੂਸਰਾ ਹੈ ਮਨ, ਉਹ ਵੀ ਨਿਰੰਕਾਰ ਹੈ, ਆਕਾਰ ਨਹੀਂ, ਆਪਣੇ ਮਨ ਦਾ ਵੀ ਕੋਈ ਆਕਾਰ ਨਹੀਂ। ਉਹਨੇ ਇਹਦੇ ਅੰਦਰ ਯਾਨੀ ਆਪਦੇ ਵਾਲੇ ਜਿਹੜੇ ਗੁਣ ਥੇ ਉਹ ਨਹੀਂ ਪਾਏ, ਇਹਦੇ 'ਚ ਦੂਸਰੇ ਪਾਤੇ, ਡਰ ਵਾਲਾ ਬਣਾਤਾ, ਬੈਰੀ ਬਣਾਤਾ, ਰਸਤਿਆਂ ਵਿੱਚ ਦੀ ਆਉਣ ਵਾਲਾ ਬਣਾਤਾ, ਆਪਦੇ ਆਪ ਤੋਂ ਨਹੀਂ ਬਣਦਾ, ਕਿਸੇ ਦਾ ਕਿਰਾਇਆ ਕਰਦਾ। ਸੋ ਗੁਰਪ੍ਰਸਾਦ ਇਹ ਸਵਾਦਾਂ 'ਚ ਹੈ, ਉਹ ਗੁਰੂ ਹੈ ਜਿਹੜਾ ਉਹ ਬਿਨਾਂ ਸਵਾਦਾਂ ਤੋਂ। ਸੋ ਇਸ ਮਨ ਨੂੰ ਜਦੋਂ ਬਣਾਇਆ, ਇਹਦੇ ਵਿੱਚ ਪਰਮਾਤਮਾ ਨੇ, ਜਿਵੇਂ ਹੁਣ ਲੋਕ ਕਹਿੰਦੇ ਨੇ ਵੀ ਵਾਇਰਸ ਚੱਲ ਪਿਆ, ਇਹਦੇ ਅੰਦਰ ਉਦੋਂ 5 ਵਾਇਰਸ ਪਾਤੇ ਮਨ 'ਚ। ਪਹਿਲਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਹੁਣ ਜੇ ਆਪਾਂ ਕਾਮ ਤੋਂ ਭਾਵ ਲਈਏ, ਕਾਮ ਦਾ ਮਤਲਬ ਇਹ ਨਹੀਂ ਹੈਗਾ ਵੀ ਸੰਭੋਗ ਦੀ ਇਹ ਇੱਛਾ, ਕਿਉਂਕਿ ਕਾਮ ਹੈ ਜਿਹੜਾ ਇਹ ਮੁੱਢ ਤੋਂ ਹੀ ਚੱਲਦਾ। ਜਦੋਂ ਛੋਟਾ ਬੱਚਾ ਹੁੰਦਾ ਉਹਦੇ ਅੰਦਰ ਵੀ ਕਾਮਨਾਵਾਂ ਹੁੰਦੀਆਂ ਨੇ, ਹਰੇਕ ਚੀਜ਼ ਦੇ ਅੰਦਰ ਕਾਮਨਾ ਹੁੰਦੀ ਹੈ। ਉਤਪੁੱਜ ਦੇ ਵਿੱਚ, ਬਨਸਪਤੀ ਦੇ ਵਿੱਚ ਵੀ ਕਾਮਨਾ ਹੁੰਦੀ ਹੈ ਵੀ ਮੈਂ ਵਧਾ ਫੁੱਲਾਂ, ਮੇਰੇ ਫਲ ਲੱਗਣ, ਮੇਰੀ ਉਹ ਹੋਵੇ, ਇਹਨਾਂ ਦੇ ਅੰਦਰ ਵੀ ਕਾਮਨਾ। ਸੋ ਇਸ ਤਰ੍ਹਾਂ ਕਾਮ ਹੈ ਜਿਹੜਾ ਉਹ ਕਾਮਨਾ ਤੋਂ ਬਣਿਆ ਹੋਇਆ। ਦੂਸਰਾ ਆ ਗਿਆ ਵੀ ਕਾਮ ਕ੍ਰੋਧ, ਕ੍ਰੋਧ ਵੀ ਹਰੇਕ, ਇਹ ਵੀ ਵਾਇਰਸ ਹੈ। ਇਹ ਲੱਛਣ ਨੇ ਜਿਹੜੇ, ਇਹ ਆਪਾਂ ਨੂੰ ਉਦੋਂ ਪ੍ਰਗਟ ਹੁੰਦੇ ਨੇ ਜਦੋਂ ਆਪਣੇ ਸਰੀਰ ਦੇ ਵਿੱਚ ਇਹ ਵਿਚਰ ਕੇ ਆਪਾਂ ਉਹਨਾਂ ਨੂੰ ਦਿਖਾਉਂਦੇ ਹਾਂ, ਉਦੋਂ ਇਹਨਾਂ ਦਾ ਪਤਾ ਲੱਗਦਾ। ਹੁਣ ਆਹ ਕਰੋਨਾ ਵਾਇਰਸ ਜਿਹਾ, ਇਹ ਤਾਂ ਕਿਸੇ ਨੂੰ ਦਿਖਦਾ ਥੋੜ੍ਹਾ, ਜਦੋਂ ਇਹਦੇ ਲੱਛਣ ਸ਼ੁਰੂ ਹੋ ਜਾਂਦੇ ਨੇ ਉਦੋਂ ਪਤਾ ਲੱਗਦਾ ਵੀ ਇਹ ਤਾਂ ਭਾਈ ਆ ਗਿਆ। ਹੁਣ ਕਾਮ ਦਾ ਆਪਣੇ ਦਾ ਪਤਾ ਨਹੀਂ ਲੱਗਦਾ, ਜਦੋਂ ਆਪਾਂ ਕੋਈ ਚੇਸਟਾ ਦਿਖਾਵਾਂਗੇ ਕਿਸੇ ਨੂੰ, ਅਸੀਂ ਮੰਗ ਕਰਾਂਗੇ, ਫਿਰ ਹੀ ਪਤਾ ਚੱਲਦਾ। ਸੋ ਇਸ ਤਰ੍ਹਾਂ ਇਹ ਪਰਮਾਤਮਾ ਨੇ ਜਿਹੜੇ ਫੰਡਾਮੈਂਟਲ, ਜਿਹਨੂੰ ਆਪਾਂ ਆਧਾਰਸ਼ਿਲਾ ਕਹਿ ਦਿੰਦੇ ਹਾਂ, ਇਸ ਮਨ ਦੀ, ਇਸ ਜੀਵ ਦੀ, ਇਸ ਸ੍ਰਿਸ਼ਟੀ ਦੀ ਆਧਾਰਸ਼ਿਲਾ, ਉਹ 5 ਤੱਤਾਂ 'ਤੇ ਰੱਖਤੀ। ਉਹ ਜਿਹੜੇ ਤੱਤ ਨੇ ਉਹ ਖਤਮ ਨਹੀਂ ਹੁੰਦੇ, ਖਤਮ ਨਹੀਂ ਨਾ ਹੋਣ ਕਰਕੇ ਜਿਹੜਾ ਇਹ ਮਨ ਹੈ ਆਪਣਾ ਇਹ ਭਟਕਦਾ ਫਿਰੀ ਜਾਂਦਾ। ਸੋ ਇਹ ਆਵਾਗਮਨ ਧਰਮਾਂ ਜੀ, ਇਹ 84 ਲੱਖ ਇਹ ਹੈ। ਬਾਕੀ 84 ਲੱਖ ਦਾ ਜਿਹੜਾ ਹੁਣ ਮੈਂ ਤੁਹਾਨੂੰ ਕੰਸੈਪਟ ਦੱਸਦਾ ਹੈ, ਉਹ ਇਹ ਸੀ ਵੀ ਪੁਰਾਣੇ ਜਿਹੜੇ ਲਿਖਾਰੀ ਹੋਏ ਨੇ ਜਾਂ ਕੋਈ ਉਸਦਾ ਮਤ ਨੂੰ ਮੰਨਣ ਵਾਲੇ ਹੋਏ ਨੇ, ਉਹਨਾਂ ਨੇ ਕੀ ਕਰਿਆ ਵੀ ਲੋਕਾਂ ਨੇ ਵੈਸੇ ਤਾਂ ਮੰਨਣਾ ਨਹੀਂ ਵੀ ਇਹ ਸ੍ਰਿਸ਼ਟੀ ਵਰਮਾ ਨੇ ਬਣਾਈ ਹੈ, ਉਹਨਾਂ ਨੇ ਇਹ ਧਰਤਾ ਵੀ ਇਹ ਜਿਹੜਾ 84 ਲੱਖ ਜੀਵ ਵਰਮਾ ਨੇ ਬਣਾਇਆ। ਵਰਮਾ ਨੂੰ ਪਤਾ ਸੀ ਵੀ ਸ੍ਰਿਸ਼ਟੀ ਮੈਂ ਕਿੰਨੀ ਕੁ ਬਣਾਈ ਹੈ, ਉਹਦੇ 'ਚ ਗਣਿਤ ਵਾੜਤਾ 84 ਲੱਖ ਕਹਿੰਦੇ, ਲਿਸਟ ਬਣਾ ਕੇ ਦੇ ਗਿਆ ਵੀ ਇਹ 84 ਲੱਖ ਹੈ। ਹਾਂਜੀ, ਹੁਣ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਵੀ ਕਰਤੇ ਕਹਿ ਨਾਹੀਂ ਸ਼ੁਮਾਰ, ਉਹਦੀ ਤਾਂ ਗਿਣਤੀ ਕੋਈ ਨਹੀਂ, ਉਹਨਾਂ ਨੇ ਤਾਂ ਬੇਅੰਤ ਕਿਹਾ, ਅਸੰਖ ਕਿਹਾ। ਵੀ ਜਦੋਂ ਬਾਬਾ ਜੀ ਦਾ ਅਸੰਖ ਕਹਿੰਦੇ ਨੇ ਵੀ ਇੱਕ ਤੋਂ ਅਸੰਖਾਂ ਬਣਿਆ, ਉਹ ਕਹਿੰਦਾ ਵੀ 84 ਲੱਖ ਹੀ ਆ ਸਿਰਫ, ਇਹਦਾ ਮਤਲਬ ਉਸਨੇ ਉਦੋਂ ਮਰਦਮਸ਼ੁਮਾਰੀ ਕੀਤੀ ਸੀ ਵੀ ਭਾਈ ਮੈਂ ਕਿੰਨੇ ਜੀਵ ਬਣਾ ਤੇ, ਜਿਵੇਂ ਹੁਣ ਮਰਦਮਸ਼ੁਮਾਰੀ ਕਰਦੇ ਨੇ ਵੀ ਹਿੰਦੁਸਤਾਨ ਦੀ ਆਬਾਦੀ 1 ਕਰੋੜ 30 ਲੱਖ ਦੀ ਹੋ ਗਈ ਜਾਂ 1 ਅਰਬ 30 ਕਰੋੜ ਦੀ ਹੋ ਗਈ, ਉਦੋਂ ਉਸਨੇ ਮਰਦਮਸ਼ੁਮਾਰੀ ਕੀਤੀ ਸੀ ਜੀਵਾਂ ਦੀ ਵੀ ਭਾਈ ਮੈਂ ਇੰਨੇ ਬਣਾ ਤੇ, ਮੈਂ ਮਰਦਮਸ਼ੁਮਾਰੀ ਕਰਕੇ ਤੁਹਾਨੂੰ ਦੱਸ ਚੱਲਿਆ ਹੈਂਜੀ। ਸੋ ਇਸ ਤਰ੍ਹਾਂ ਇਹ ਜਾਣੀ 84 ਲੱਖ ਦਾ ਗੇੜ ਆਵਾਗਮਨ ਦਾ ਇੱਕ ਐਵੇਂ ਫੁੱਕਿਆ ਜਿਹਾ ਕੰਸੈਪਟ ਹੈ, ਇਹਦਾ ਮਕਸਦ ਹੀ ਕੋਈ ਨਹੀਂ। ਹੁਣ ਅੱਗੇ ਆ ਜਾਂਦਾ ਇਸ ਨੂੰ ਹਥਿਆਰ ਬਣਾ ਕੇ ਵਰਤ ਲਿਆ ਜਿਹੜੇ ਸਾਡੇ ਬਾਬੇ ਨੇ ਦੱਸਣ ਵਾਲੇ, ਉਹਨਾਂ ਨੇ ਕਹਿਤਾ ਵੀ ਭਾਈ ਜੇ ਤੁਸੀਂ ਆਹ ਕਰੋਗੇ
ਉਹਨਾਂ ਨੂੰ ਨਰਕ 84 ਲੱਖ ਜੀਵਾਂ ਨੂੰ ਨਰਕ ਸੁਰਗ ਦਾ ਉਹ ਦਿੱਤਾ, ਇੱਕ ਮੰਡਲ ਦਿੱਤਾ। ਹਾਂਜੀ ਵੀ ਭਾਈ ਇਹ ਮੰਡਲ ਬਣਾ ਤਾ ਅਸੀਂ ਨੇ, ਤੁਸੀਂ ਉੱਥੇ ਜਾਓਗੇ। ਬਿਲਕੁਲ ਜੀ, ਇਹ ਹੈ ਨਾ ਜੀ, ਲੋਕਾਂ ਨੂੰ ਡਰਾਇਆ ਜਾਣਾ, ਇਹ ਜਿਹੜੇ ਬਾਬੇ ਨੇ ਇੱਕ ਡਰ ਲੋਕਾਂ ਦੇ ਵਿੱਚ ਬਿਠਾਤਾ ਕਿ ਜੇ ਤੂੰ ਆਹ ਕਰੇਗਾ, 84 ਲੱਖ ਜੂਨਾਂ ਤੋਂ ਬਾਅਦ ਤੂੰ ਮਸਾਂ ਦਾ ਬੰਦਾ ਬਣਿਆ, ਹੁਣ ਤੂੰ ਐਂ ਨਾ ਕਰੀ, ਤੂੰ ਨਰਕਾਂ 'ਚ ਜਾਏਗਾ, ਤੂੰ ਐਂ ਕਰ, ਤੂੰ ਸਵਰਗਾਂ 'ਚ ਜਾਏਗਾ। ਅਤੇ ਇਹ ਸਵਰਗ ਅਤੇ ਨਰਕ ਵਾਲਾ ਇਹ ਫੰਡਾ ਹੈ ਕੀ ਹੈ ਜੀ, ਕਿੱਥੇ ਕਿ ਬਾਬੇ? ਇਹ ਫੰਡਾ ਇਸ ਤਰ੍ਹਾਂ ਜੀ, ਵੀ ਜਿਹੜੀ ਚੀਜ਼ ਦੇ ਕੋਈ ਮੰਨਦੀ ਨਹੀਂ ਹੁੰਦੀ, ਜਿਵੇਂ ਹੁਣ ਆਪਣੇ ਘਰਾਂ 'ਚ ਬੱਚੇ ਨੇ, ਉਹ ਜਿੱਦ ਕਰਦੇ ਨੇ ਕਿਸੇ ਚੀਜ਼ ਤੋਂ, ਰੋਂਦੇ ਨੇ, ਆਪਾਂ ਉਹਨਾਂ ਨੂੰ ਚੁੱਪ ਕਰਾਉਣ ਵਾਸਤੇ ਕਹਿੰਦੇ ਨੇ ਆ ਗਈ ਬਿੱਲੀ, ਹਾਂਜੀ ਆ ਗਿਆ ਮਾਊ, ਹਾਂਜੀ, ਜਦ ਕਿ ਹੁੰਦਾ ਤਾਂ ਨਹੀਂ, ਬਿਲਕੁਲ ਉਹ ਡਰ ਕੇ ਚੁੱਪ ਕਰ ਜਾਂਦੇ ਨੇ। ਇਹ ਬਣਾਇਆ ਤਾਂ ਸਿਰਫ ਇਹਦੇ ਵਾਸਤੇ ਸੀਗਾ ਵੀ ਜਿਹੜਾ ਮਨੁੱਖ ਹੈ ਉਹ ਪਸ਼ੂ ਵਿਰਤੀ ਦਾ ਨਾ ਹੋ ਜੇ, ਗਲਤ ਕੰਮ ਨਾ ਕਰੇ। ਹੁਣ ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ ਵੀ ਇੰਗਲੈਂਡ ਦੇ ਵਿੱਚ ਇੱਕ ਬੰਦੇ ਨੇ ਕਹਿਤਾ ਵੀ ਭਾਈ ਲੋਕੋ, ਹੁਣ ਤੁਸੀਂ ਰੱਬ ਨੂੰ ਮੰਨਣੋਂ ਹਟ ਜਾਓ, ਰੱਬ ਮਰ ਗਿਆ ਜੀ। ਜਦੋਂ ਉਹਨੇ ਇੰਨੀ ਗੱਲ ਪ੍ਰਚਾਰਤੀ ਵੀ ਰੱਬ ਮਰ ਗਿਆ, ਉੱਥੇ ਕਤਲੋਗਾਰਤ ਸ਼ੁਰੂ ਹੋ ਗਈ ਵੀ ਹੁਣ ਆਪਾਂ ਨੂੰ ਕਹਿੰਦਾ ਡਰ ਹੈ, ਰੱਬ ਤਾਂ ਮਰੀ ਗਿਆ, ਆਪਾਂ ਨੂੰ ਕੋਈ ਚੱਕਰ ਹੀ ਨਹੀਂ ਰਿਹਾ। ਸੋ ਇਹ ਬਣਾਇਆ ਤਾਂ ਸਿਰਫ ਆਪਾਂ ਜਿਹੜੀਆਂ ਇੱਛਾਵਾਂ ਨੇ, ਭਟਕਣਾ ਨੇ ਜਾਂ ਹੋਰ ਨੇ, ਉਹਨਾਂ ਨੂੰ ਸ਼ਾਂਤ ਕਰਨ ਵਾਸਤੇ, ਮਨ ਨੂੰ ਸ਼ਾਂਤ ਕਰਨ ਵਾਸਤੇ ਬਣਾਇਆ ਤਾਂ ਕਨਸੈਪਟ ਡਰ ਦਾ ਇਹ ਸੀਗਾ, ਡਰਾਵਾ ਦਿੱਤਾ ਹੋਇਆ ਵੀ ਭਾਈ ਆ ਗਈ ਬਿੱਲੀ, ਆਪਾਂ ਉਹ ਕਹਿ ਦੇਣਾ ਕਿ ਨਰਕ 'ਚ ਸਿੱਟਣਗੇ ਸਾਰਾ ਤੈਨੂੰ ਜੇ ਤੂੰ ਆਹ ਕਰਿਆ, ਆਹ ਕੰਮ ਕਰਿਆ ਤੂੰ। ਹਾਂ ਅੱਛਾ, ਹੁਣ ਇਹ ਕਨਸੈਪਟ ਇਕੱਲਾ ਆਪਣੇ ਹਿੰਦੂ ਮਤ 'ਚ ਨਹੀਂ, ਇਸਲਾਮ 'ਚ ਵੀ ਹੈ, ਪਿਸ਼ਤ, ਦੋਜਕ, ਹੈਲ ਔਰ ਹੈਵਨ ਅੰਗਰੇਜ਼ੀ 'ਚ ਵੀ ਕਹਿੰਦੇ ਨੇ। ਇਹਦਾ ਮਤਲਬ ਉਹਨਾਂ ਲੋਕਾਂ 'ਚ ਵੀ ਇਹੀ ਕੁਛ ਚੱਲਦਾ ਹੈ, ਜਿਹੜਾ ਕੁਛ ਇੱਧਰ ਪੁਰਾਤਨ ਸਮਿਆਂ ਦੇ ਹਿਸਾਬ ਨਾਲ ਚੱਲਦਾ ਉਹੀ ਕੁਛ ਉੱਥੇ ਚੱਲਦਾ। ਲੇਕਿਨ ਭਗਤ ਕਬੀਰ ਜੀ ਕਹਿੰਦੇ ਵੀ ਬੈਕੁੰਠ ਤਹਾਂ ਜਹਾਂ ਸੰਤ ਸਭਾ, ਵੀ ਜਿੱਥੇ ਚੰਗੇ ਵਿਚਾਰਾਂ ਦੀ ਸਭਾ ਬੈਠੀ ਆ, ਚੰਗੇ ਵਿਚਾਰ ਹੋ ਰਹੇ ਨੇ, ਇੱਕ ਦੂਸਰੇ ਦੀ ਨਿੰਦਿਆ ਨਹੀਂ ਹੋ ਰਹੀ, ਉਹ ਸਵਰਗ ਹੈ, ਬੈਕੁੰਠ ਹੈ। ਬਿਲਕੁਲ। ਹੁਣ ਜਿੱਥੇ ਨਰਕ ਕੀ ਹੈ, ਹੁਣ ਨਰਕ ਆਪਣੇ ਵਿਚਾਰਾਂ ਦਾ ਕ੍ਰੀਏਟ ਕੀਤਾ ਹੋਇਆ, ਜਿੱਥੇ ਆਪਾਂ ਮਤਲਬ ਖੜ੍ਹਨਾ ਵੀ ਪਸੰਦ ਨਾ ਕਰੀਏ, ਜੇ 10 ਬੰਦੇ ਉੱਥੇ ਖੜ੍ਹੇ ਨੇ ਔਰ ਚੁਗਲੀਆਂ ਕਰਦੇ ਨੇ, ਸ਼ਰਾਬਾਂ ਪੀਂਦੇ ਨੇ, ਉਹ ਆਪਣੇ ਵਾਸਤੇ ਨਰਕ ਹੈ ਉਹਨਾਂ ਵਾਸਤੇ, ਭਾਵੇਂ ਉਹ ਬੈਕੁੰਠ ਹੋਵੇ ਉਸ ਸਮੇਂ ਦੇ ਅਨੁਸਾਰ, ਲੇਕਿਨ ਜਿਹੜਾ ਸੋਚਣ ਵਾਲਾ ਬੰਦਾ ਉਹਦੇ ਵਾਸਤੇ ਉਹੀ ਨਰਕ ਹੈ, ਹੋਰ ਨਰਕ ਕੋਈ ਨਹੀਂ। ਇਹ ਵਿਚਾਰਾਂ ਦੇ ਬਣਾਏ ਹੋਏ ਜਿਹੜੇ ਹੈਗੇ ਨੇ, ਇੱਕ ਡਰ ਪੈਦਾ ਕਰਕੇ ਬੰਦੇ ਨੂੰ ਸਿੱਧੇ ਰਸਤੇ 'ਤੇ ਪਾਉਣ ਵਾਲਾ, ਜਿਵੇਂ ਕਿਸੇ ਦੇ ਨੱਥ ਪਾ ਦਿੰਦੇ ਆਪਾਂ, ਵਿਹੜੇ ਦੇ ਨੱਥ ਪਾ ਕੇ ਉਸਨੂੰ ਕਾਬੂ ਕਰ ਲੈਂਦੇ ਹਾਂ। ਲੇਕਿਨ ਹੁਣ ਇਹ ਕੀ ਹੋ ਗਿਆ, ਇਹ ਦੁਕਾਨ ਬਣਾ ਲਈ ਇੱਕ, ਬਿਲਕੁਲ ਇਸ ਡਰ ਨੂੰ ਇੰਨਾ ਫੈਲਾਤਾ ਵੀ ਇਸ ਹਰੇਕ ਬੰਦਾ ਡਰ ਕੇ ਉਹਨਾਂ ਦੀ ਪਾਠ ਪੂਜਾ 'ਤੇ ਲੱਗ ਜਾਂਦਾ, ਉਹਨਾਂ ਨੂੰ ਪੈਸੇ ਦੇਣੇ, ਆਪਦੇ ਜਵਾਕ ਚਾਹੇ ਭੁੱਖੇ ਮਰੀ ਜਾਣ, ਬਾਬਾ ਜੀ ਨੂੰ ਦੁੱਧ ਦੇ ਗਲਾਸ ਨਾਲ ਬਾਬੇ ਨੂੰ ਖੁਸ਼ ਕਰਨਾ, ਬਦਾਮ ਗਿਰੀ ਰੋਗਨ, ਬਦਾਮ ਰੋਗਨ, ਹੋਰ ਮਹਿੰਗੀਆਂ ਤੋਂ ਮਹਿੰਗੀਆਂ ਚੀਜ਼ਾਂ। ਬਾਬਾ ਜੀ ਇਹ ਵੀ ਹੈ ਜੋ ਹੁਣ ਚੱਲ ਰਿਹਾ ਕੋਰੋਨਾ ਵਾਇਰਸ, ਹਾਂਜੀ, ਪਰ ਇਸ ਚੀਜ਼ ਨੇ ਸਾਰਿਆਂ ਦੇ ਮੂੰਹ ਬੰਦ ਕਰਤੇ, ਹਾਂਜੀ, ਕਿਉਂਕਿ ਹੁਣ ਇੱਥੇ ਚੈਲੰਜ ਵੀ ਇਹਨਾਂ ਵਾਸਤੇ ਜਿਹੜੇ ਲੋਕ ਵੱਡੇ ਵੱਡੇ ਦਾਅਵੇ ਕਰਦੇ ਆ ਵੀ ਅਸੀਂ ਐਂ ਕਰਦੇ ਰਹੇ ਹਾਂ, ਵਾਹ ਕਰਦੇ ਰਹੇ ਹਾਂ, ਪਰ ਕੋਰੋਨਾ ਵਾਇਰਸ ਦਾ ਹੱਲ ਇਹਨਾਂ ਕੋਲ ਕਿਸੇ ਕੋਲ ਹੋ ਸਕਦਾ? ਇਹ ਕਿਸੇ ਕੋਲ ਨਹੀਂ, ਸਭ ਦੀ ਨਿਗਾਹ ਜਿਹੜੀ ਟਿੱਕੀ ਹੋਈ ਹੈ ਉਹ ਵਿਗਿਆਨੀਆਂ ਅਤੇ ਡਾਕਟਰਾਂ ਦੀ ਟਿੱਕੀ ਹੋਈ, ਇਹਦਾ ਹੱਲ ਉਹੀ ਹੋ ਲੱਭਣਗੇ ਜਿਹੜੇ ਵਿਗਿਆਨੀ ਨੇ ਜੀ। ਜੇ ਹੁਣ ਆਪਾਂ ਸੋਚੀਏ, ਜਿਹੜਾ ਗਿਆਨ ਹੈ ਉਹ ਵੀ ਸ੍ਰਿਸ਼ਟੀ 'ਚੋਂ ਹੀ ਮਿਲਿਆ ਹੋਇਆ, ਹਾਂਜੀ,
ਇਹ ਕੋਈ ਕਿਸੇ ਦੇ ਬਸ ਦਾ ਹੈ ਨਹੀਂ ਵੀ ਕਿਸੇ ਕੋਈ ਹਰੇਕ ਬੰਦਾ ਗਿਆਨੀ ਜਾਂ ਕੋਈ ਵਿਗਿਆਨੀ ਬਣ ਜੂਗਾ। ਇਹ ਗਿਆਨ ਵਿਗਿਆਨ ਸਾਰਾ ਕੁਛ ਉਸੇ ਦਾ ਹੀ ਹੈ। ਸੋ ਉਹਨਾਂ ਵੱਲ ਤਾਂ ਝਾਕਦੇ ਨੇ ਕਿਉਂਕਿ ਇਹ ਜਿਹੜੇ ਲੋਕ ਨੇ ਇਹਨਾਂ ਨੇ ਕੁਛ ਨਹੀਂ ਪੜ੍ਹਿਆ ਹੁੰਦਾ, ਇਹ ਸਿਰਫ ਲੋਕਾਂ ਨੂੰ ਠੱਗਣਾ ਜਾਣ ਦਿੰਦੇ ਨੇ। ਇਹ ਐਕਸਪਰਟ ਹੋ ਜਾਂਦੇ ਨੇ ਵੀ ਅਸੀਂ ਕਿਵੇਂ ਕੁੰਡੀਆਂ ਲਾਉਣੀਆਂ ਨੇ, ਅਤੇ ਉਹਦੇ ਹਿਸਾਬ ਨਾਲ ਇਹ ਉਹਨਾਂ ਨੂੰ ਠੱਗੀ ਜਾਂਦੇ ਨੇ। ਇਹਨਾਂ ਕੋਲ ਕੱਖ ਨਹੀਂ ਹੁੰਦਾ, ਜੇ ਹੁੰਦਾ ਹੁਣ ਸਾਹਮਣੇ ਕਰ ਦਿੰਦੇ। ਜਿਹੜੇ ਸੀਗੇ ਗੁਰੂਆਂ ਨੇ ਇਕੱਲਾ ਬਾਣੀ ਦਾ ਸਿਸਟਮ ਨਹੀਂ ਤੋਰਿਆ ਸੀ, ਉਹਨਾਂ ਨੇ ਨਾਲ ਵੈਦਿਕ ਨਾਲ ਇਹ ਦਵਾਈਆਂ ਬੂਟੀਆਂ ਦਾ ਵੀ ਸਿਸਟਮ ਚਲਾਇਆ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਯੁੱਧਾਂ ਦੇ ਵਿੱਚ ਭਾਈ ਘਨੱਈਏ ਨੂੰ ਪਾਣੀ ਪਿਆਉਣ 'ਤੇ ਸ਼ਾਬਾਸ਼ ਦਿੱਤੀ ਸੀ, ਉਦੋਂ ਬਾਅਦ ਇੱਕ ਡੱਬੀ ਮੱਲਮ ਦੀ ਫੜਾਤੀ ਸੀ ਵੀ ਭਾਈ ਜੇ ਕੋਈ ਬਹੁਤਾ ਜ਼ਖਮੀ ਹੋਵੇ ਉਹਦੇ ਆ ਮੱਲਮ ਵੀ ਲਾ ਦੀ। ਨਹੀਂ ਗੁਰੂ ਹੀ ਨਾ ਕਹਿੰਦੇ ਲੈ ਭਾਈ ਤੂੰ ਐਂ ਹੱਥ ਫੇਰਦੀ ਰਾਜੀ ਹੋ ਜੂਗਾ, ਫੂਕ ਮਾਰਦੇ ਜ਼ਖਮ ਫੂਕ ਮਾਰਦੇ ਉਹ ਠੀਕ ਹੋ ਜੂਗਾ। ਇਹ ਗੱਲਾਂ ਐਵੇਂ ਪਚਲਾਉਣ ਵਾਲੀਆਂ ਨੇ ਜੀ, ਇਹਨਾਂ ਦੇ ਪੱਲੇ ਇਹ ਚੀਜ਼ਾਂ ਨਹੀਂ ਹੈਗੀਆਂ। ਦੇਖੋ ਆਪਦੇ ਆਪ ਦੀ ਮਹਾਰਤ ਹਾਸਲ ਹੁੰਦੀ ਹੈ, ਜਿਹੜੇ ਵਿਗਿਆਨੀ ਨੇ ਡਾਕਟਰ ਨੇ ਉਹਨਾਂ ਇਹ ਜਿਹੜੇ ਹੈਗੇ ਨੇ ਇਹ ਤਾਂ ਸਿਰਫ ਆਪਣੇ ਮਨ ਨੂੰ ਕਾਬੂ ਕਰਦੇ ਨੇ। ਜਿਹੜਾ ਵਿਗਿਆਨੀ ਹੈ ਉਹ ਆਪਣੇ ਧਨ ਦੀ ਚੀਰ ਫਾੜ ਕਰਦਾ, ਉਹ ਚੀਰ ਫਾੜ ਕਰਕੇ ਇਹਦੇ 'ਚ ਜਿਹੜੇ ਕੋਈ ਕੀਟਾਣੂ ਨੇ ਜਾਂ ਕੋਈ ਰੋਗ ਨੇ ਉਹਨਾਂ ਦੀ ਲੱਭਤ ਕਰਦਾ। ਇਸ ਤਰ੍ਹਾਂ ਇਹ ਜਿਹੜਾ ਹੈਗਾ ਕਰੋਨਾ ਵਾਇਰਸ ਹੈ ਜਿਹੜਾ, ਇਹਨੂੰ ਸਿਰਫ ਡਾਕਟਰ ਹੀ ਲੱਭ ਸਕਦੇ ਨੇ, ਇਹੀ ਹਟਾ ਸਕਦੇ ਨੇ। ਜੇ ਕੋਈ ਬਾਬੇ ਆਖਣ ਵੀ ਥੌਲਿਆਂ ਨਾਲ ਅਸੀਂ ਇਹਦੀਆਂ ਜੜਾਂ ਵੱਢ ਦਾਂਗੇ, ਦਾਤੀ ਨਾਲ ਥੌਲਾ ਪਾ ਦਿਓ ਜੀ ਇਹਦੀ ਜੜ ਕੱਟੀ ਜਾਊਗੀ, ਨਹਿਰ 'ਚ ਨਾਰੀਅਲ ਡੇ ਕੇ ਠੀਕ ਕਰ ਦਾਂਗੇ। ਜੇ ਹੁਣ ਕੋਈ ਇਹੋ ਜਿਹੀਆਂ ਗੱਲਾਂ ਹੁੰਦੀਆਂ ਜੀ ਫਿਰ ਉਹਨਾਂ ਨੂੰ ਇੰਨੇ ਜੰਗ ਯੁੱਧ ਕਰਨ ਦੀ ਕੀ ਲੋੜ ਸੀ। ਬਿਲਕੁਲ ਜੀ, ਉਹਨਾਂ ਤਾਂ ਪ੍ਰੈਕਟੀਕਲੀ ਸਾਰਾ ਕੁਛ ਕਰਿਆ, ਉਹਨਾਂ ਨੂੰ ਹੁਕਮ ਸੀ। ਹੁਣ ਇਹ ਲੋਕ ਕਹਿੰਦੇ ਨੇ ਜੀ ਅਸੀਂ ਦਾਤੀ ਨਾਲ ਕਰੋਨਾ ਦੀਆਂ ਜੜਾਂ ਵੱਢ ਦਾਂਗੇ, ਵੱਢੀਆਂ ਅੱਜ ਤੱਕ ਕਿਸੇ ਨੇ? ਉਹਨਾਂ ਨੂੰ ਹੀ ਹੋਈ ਜਾਂਦਾ ਜਿਹੜੇ ਕਹਿੰਦੇ ਨੇ। ਬਿਲਕੁਲ ਜੀ ਬਿਲਕੁਲ, ਇਹ ਤਾਂ ਇੱਥੋਂ ਤੱਕ ਵੀ ਹੋ ਗਿਆ ਵੀ ਜਿਹੜੇ ਡਾਕਟਰ ਇਲਾਜ ਕਰਦੇ ਨੇ ਉਹਨਾਂ ਨੂੰ ਵੀ ਹੋਈ ਜਾਂਦਾ। ਹੋਈ ਜਾਂਦਾ ਜੀ ਬਿਲਕੁਲ, ਇਹ ਇੰਨਾ ਹੋਇਆ। ਇਹ ਜਾਨੀ ਲੋਕਾਂ ਕੋਲ ਇਹ ਲੋਕਾਂ ਨੂੰ ਬੁੱਧੂ ਬਣਾਉਣ ਵਾਲੀ ਗੱਲ ਹੁੰਦੀ ਹੈ ਜੀ, ਹਾਂਜੀ, ਹੋਰ ਕੋਈ ਗੱਲ ਨਹੀਂ। ਇਹ ਸਿਰਫ ਜਿਹੜਾ ਸਰੀਰ ਹੈ ਆਪਣਾ ਇਹ ਅਲੱਗ ਹੈ, ਜਿਹੜਾ ਮਨ ਹੈ ਆਪਣਾ ਉਹ ਅਲੱਗ ਹੈ। ਮਨ ਦੇ ਦੋ ਭਾਗ ਨੇ, ਦੋ ਦਰਵਾਜ਼ੇ ਨੇ, ਆਪਣੇ ਸਰੀਰ ਦੇ ਨੌ ਦਰਵਾਜ਼ੇ ਨੇ, ਦੋ ਆਪਣੇ ਨਿਕਾਸ ਦਰਵਾਜ਼ੇ ਨੇ, ਉਹਨਾਂ ਵਿੱਚੋਂ ਅੰਦਰ ਦੀ ਮੈਲ ਬਾਹਰ ਨਿਕਲਦੀ ਹੈ, ਸੱਤ ਆਪਣੇ ਜਿਹੜੇ ਦਰਵਾਜ਼ੇ ਨੇ ਉਹ ਅੰਦਰ ਭੇਜਦੇ ਨੇ ਚੀਜ਼ਾਂ ਨੂੰ। ਹਾਂਜੀ, ਆ ਮੂੰਹ ਹੈ ਉਹ ਆਪਣੇ ਖਾਣੇ ਦਾਣੇ ਦੀ ਹੈ, ਅੱਖਾਂ ਨੇ ਜਿਹੜੀਆਂ ਚੀਜ਼ਾਂ ਦੇਖਦੀਆਂ ਨੇ ਉਹ ਵੀ ਅੰਦਰ ਭੇਜਦੇ ਨੇ, ਕੰਨ ਸੁਣ ਕੇ ਉਹ ਵੀ ਅੰਦਰ ਭੇਜਦੇ ਨੇ, ਸਵਾਸ ਅੰਦਰ ਹਵਾ ਜਾਂਦੀ ਹੈ। ਸੋ ਇਸ ਤਰ੍ਹਾਂ ਜਿਹੜਾ ਮਨ ਹੈ ਇਹਦੇ ਵੀ ਦੋ ਦਰਵਾਜ਼ੇ, ਦੋ ਨੇ ਰੂਪ ਇਹਦੇ, ਇੱਕ ਦੁਨਿਆਵੀ ਹੋ ਗਿਆ ਕਿਉਂਕਿ ਦੁਬਦਾ ਦੂਜਾ, ਦੂਸਰਾ ਵਧਾ, ਦੂਸਰੀ ਵਿਧੀ ਦੋ ਵਾਲੀ ਹੈ, ਤ੍ਰਿਵਿਧ ਮਾਇਆ। ਹੁਣ ਇਹ ਜਿਹੜੀ ਸ੍ਰਿਸ਼ਟੀ ਰਚਨੀ ਹੋਈ ਹੈ, ਰਚੀ ਹੋਈ ਹੈ, ਇਹ ਤਿੰਨਾਂ ਨਾਲ ਹੀ ਰਚੀ ਹੋਈ ਹੈ। ਹੁਣ ਇਸ ਤੋਂ ਅੱਗੇ ਪਹਿਲਾਂ ਤਾਂ ਇਹ ਹੁੰਦਾ ਸੀ ਵੀ ਜੋਗੀ ਜੰਗਮ ਸੰਨਿਆਸੀ ਸਾਰੇ ਜੰਗਲਾਂ ਨੂੰ ਜਾਂਦੇ, ਲੋਕ ਉਹਨਾਂ ਕੋਲ ਕੋਈ ਕੋਈ ਜਾਂਦਾ ਹੁੰਦਾ, ਕੋਈ ਆਪਦਾ ਜੀਵਨ ਕਹਿੰਦਾ ਜੀ ਮੈਂ ਸੁਧਾਰ ਕਰਨਾ ਉਹਨਾਂ ਕੋਲ ਜਾਂਦਾ। ਲੇਕਿਨ ਹੁਣ ਵਾਲੇ ਲੋਕਾਂ ਦਾ ਇਕੱਠ ਕਰਕੇ ਬਾਬੇ ਢੋਲਕੀਆਂ ਛੈਣੇ ਖੜਕਾ ਖੜਕਾ ਕੇ ਹੁਣ ਲੋਕਾਂ ਨੂੰ ਸੁਣਾਉਣ ਆਉਂਦੇ ਨੇ। ਬਿਲਕੁਲ ਜੀ, ਅਤੇ ਨਾਲ ਇਹ ਵੀ ਹੈ ਨਾ ਜੀ ਜਿਹੜੀ ਆਪਾਂ ਨਰਕ ਸੁਰਗ ਦੀ ਗੱਲ ਕੀਤੀ ਹੈ, ਹਾਂਜੀ, ਉਹਦੇ ਚੋਂ ਕੱਢਣ ਵਾਸਤੇ ਵੀ ਅਗਲਾ ਜੀਵਨ ਤੁਹਾਡਾ ਜਿਹੜਾ ਸੌਖਾ ਨਿਕਲੂਗਾ, ਹਾਂਜੀ, ਉਹਦੇ ਵਾਸਤੇ ਕੁਝ ਜੰਤਰ ਮੰਤਰ ਵੀ ਦਿੰਦੇ ਨੇ ਵੀ ਤੁਸੀਂ ਆਹ ਲੈ ਜਾਓ ਜੀ ਇਹ ਨਾਮ ਜਿਹੜਾ ਕਹਿੰਦੇ ਆਪਾਂ, ਇਹ ਕੀ ਹੁੰਦਾ ਜੀ? ਇਹ ਜਿਹੜਾ ਜੰਤਰ ਮੰਤਰ ਹੈ ਜੀ ਇਹ ਤਾਂ ਵੈਸੇ ਹੈ ਹੀ ਕੁਛ ਨਹੀਂ, ਬਾਕੀ ਆ ਗਿਆ ਨਾਮ। ਹੁਣ ਤੁਸੀਂ ਕਿਹਾ ਵੀ ਪਹਿਲਾਂ ਜਪ ਤਪ ਕਰਦੇ ਹੁੰਦੇ ਸੀ, ਉਹ ਜਪਾਂ ਤਪਾਂ ਦਾ ਵੀ ਕੋਈ ਲਾਹਾ ਨਹੀਂ ਸੀ ਲੱਗਦਾ,
ਇਹ ਜਿਹੜਾ ਨਾਮ ਹੈ, ਨਾਮ ਦੇ ਅਰਥ ਬਹੁਤ ਨੇ। ਸ਼ਬਦ ਛੋਟਾ ਜਿਹਾ ਭਾਵੇਂ, ਪਰ ਇਹਦੇ ਅਰਥ ਬਹੁਤ ਨੇ। ਹੁਣ ਨਾਮ ਪਹਿਚਾਣ ਹੋ ਗਿਆ। ਵਿਲੀਅਮ ਸ਼ੇਕਸਪੀਅਰ ਲਿਖਦਾ, ਕਹਿੰਦਾ ਵੀ ਨਾਮ 'ਚ ਕੀ ਪਿਆ। ਹੁਣ ਜੇ ਆਪਾਂ ਹਿਸਾਬ ਲਾਈਏ ਵੀ ਤੁਹਾਡਾ ਨਾਂ ਨਾ ਅਸੀਂ ਲਈਏ, ਬਾਜ਼ਾਰ 'ਚ ਤੁਰੇ ਫਿਰੀ ਜਾਈਏ, ਤੁਹਾਡੀ ਪਛਾਣ ਕਿਵੇਂ ਹੋਊਗੀ ਵੀ ਮੇਰਾ ਕੌਣ? ਮੈਂ ਬੋਲ ਮਾਰਾਂਗੇ, ਆਪਾਂ ਧਰਮ ਸਿੰਘ ਕਹਿ ਕੇ ਬੋਲ ਮਾਰਾਂਗੇ, ਤਾਂਹੀਓ ਤੁਹਾਨੂੰ ਪਤਾ ਲੱਗੂਗਾ। ਜੇ ਆਪਾਂ ਕਹੀ ਜਾਵਾਂਗੇ ਓ ਹੋਏ ਹੋਏ, ਉੱਥੇ ਕਿਸੇ ਨੂੰ ਪਤਾ ਨਹੀਂ ਲੱਗਣਾ ਵੀ ਕਿਹਨੂੰ। ਬਿਲਕੁਲ ਜੀ। ਇੱਕ ਹੋ ਜਾਂਦਾ ਮਾਲਕੀ, ਇਹ ਜ਼ਮੀਨ ਮੇਰੇ ਨਾਮ ਹੈ ਜੀ, ਵੀ ਮੈਂ ਇਹਦਾ ਮਾਲਕ ਹਾਂ। ਬਿਲਕੁਲ। ਜਿਹੜਾ ਮੇਨ ਮੁੱਦਾ ਹੈ ਨਾਮ ਦਾ, ਉਹ ਹੈ ਨਿਯਮ। ਹੁਣ ਤੁਸੀਂ ਮੈਨੂੰ ਇਹ ਦੱਸੋ, ਮੈਂ ਤੁਹਾਡੇ 'ਚ ਮਧਾਣੀ ਪਾਉਣਾ, ਵੀ ਤੁਸੀਂ ਕਬੱਡੀ ਦੇ ਟੂਰਨਾਮੈਂਟਾਂ 'ਤੇ ਜਾਂਦੇ ਹੋ ਜੀ, ਕੀ ਉੱਥੇ ਕੋਈ ਬਗੈਰ ਨਿਯਮ ਦੇ ਗੱਲ ਹੁੰਦੀ ਹੈ? ਨਹੀਂ ਹੁੰਦੀ। ਜਿਹੜੀ ਧਰਤੀ ਹੈ ਜਿੱਥੇ ਖੇਡਦੇ ਨੇ ਖਿਡਾਰੀ, ਉਹਦਾ ਵੀ ਨਿਯਮ ਬਣਦਾ। ਨਿਯਮ ਬਣਦਾ ਜੀ, ਉਹਦੇ 'ਚ ਸਰਕਲ ਬਣਦਾ, ਉਹਦੇ 'ਚ ਮਤਲਬ ਹੱਲੇ ਬਣਦੇ ਨੇ ਵੀ ਭਾਈ ਹੱਲਿਆਂ ਤੋਂ ਬਾਹਰ ਨਹੀਂ, ਜੇ ਕੋਈ ਆਊਟ ਹੋ ਗਿਆ ਆਊਟ ਹੈ, ਉਹ ਸਰਕਲ ਤੋਂ ਬਾਹਰ ਕੋਈ ਆਊਟ ਹੋ ਗਿਆ ਆਊਟ ਹੈ। ਫਿਰ ਉੱਥੇ ਰੈਫਰੀ ਹੁੰਦੇ ਨੇ, ਉੱਥੇ ਜੱਜ ਹੁੰਦੇ ਨੇ, ਫਿਰ ਦੇਖਣ ਵਾਲੇ ਹੁੰਦੇ ਨੇ। ਦੇਖਣ ਵਾਲਿਆਂ ਵਾਸਤੇ ਵੀ ਨਿਯਮ ਹੈ ਵੀ ਭਾਈ ਤੁਸੀਂ ਨੇ ਇਸ ਲਕੀਰ ਤੋਂ ਅੰਦਰ ਨਹੀਂ ਜਾਣਾ, ਜੇ ਅੰਦਰ ਜਾਓਗੇ ਤਾਂ ਡਾਂਗਾਂ ਪੈਣਗੀਆਂ। ਉਹ ਇੰਨਾ ਕੁ ਜ਼ਰੂਰ ਹੈ, ਉਹਨਾਂ ਨੂੰ ਇੰਨੀ ਕੁ ਆਜ਼ਾਦੀ ਹੁੰਦੀ ਹੈ ਵੀ ਪਹਿਲਾਂ ਉਰੇ ਖੜ੍ਹੇ ਨੇ, ਜੇ ਉਰੇ ਚੰਗੀ ਤਰ੍ਹਾਂ ਨਹੀਂ ਦਿਖਦਾ ਤਾਂ ਦੂਜੇ ਪਾਸੇ ਜਾ ਜਾਣਗੇ। ਇਹ ਹੁਣ ਜਿਹੜਾ ਆਪਾਂ ਲੋਕ ਹੈ, ਆਪਾਂ ਜੇ ਇੱਕ ਬਾਬੇ ਕੋਲੋਂ ਆਪਣੀ ਸੰਤੁਸ਼ਟੀ ਨਹੀਂ ਹੁੰਦੀ, ਆਪਾਂ ਦੂਜੇ ਬਾਬੇ ਕੋਲ ਵਗ ਜਾਂਦੇ। ਉਹ ਮੈਚ ਦੇਖਣ ਵਾਲੀ ਗੱਲ ਹੈ, ਖੇਡ ਹੈ, ਹੈਂਜੀ, ਅੱਡੋ ਅੱਡੀ ਦੇਖੀ ਜਾਂਦੇ ਨੇ। ਸੋ ਇਸ ਤਰ੍ਹਾਂ ਜਾਨੀ ਹਰੇਕ ਗੱਲ ਦਾ ਨਿਯਮ ਹੈ ਜਿਹੜਾ, ਨਾਮ ਉਹ ਹੈ। ਜੇ ਹੁਣ ਮੈਂ ਤੁਹਾਨੂੰ ਇਹ ਇੱਕੋ ਹੀ ਮਿਸਾਲ ਦੇ ਦਿੰਦਾ ਵੀ ਗੁਰੂ ਨਾਨਕ ਦੇਵ ਜੀ ਨੂੰ ਆਪਾਂ ਸ਼ਕਤੀ ਸਰੂਪ ਮੰਨਿਆ ਹੋਇਆ। ਬਿਲਕੁਲ ਜੀ। ਵੀ ਉਦੋਂ ਵੱਧ ਸ਼ਕਤੀ ਹੈ ਹੀ ਨਹੀਂ ਕੋਈ। ਬਿਲਕੁਲ। ਹੁਣ ਇੱਥੇ ਆ ਜਾਓ ਵੀ ਜਦੋਂ ਆ ਕੇ ਕਰਤਾਰਪੁਰ ਸਾਹਿਬ ਉਹਨਾਂ ਨੇ ਖੇਤੀ ਕੀਤੀ ਹੈ, ਮਿਹਨਤ ਕੀਤੀ ਹੈ, ਉੱਥੇ ਫਿਰ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕਰਕੇ ਨਾ ਢੇਰ ਲਾ ਲਿਆ ਕਰਦੇ। ਗੱਲ ਤਾਂ ਫਿਰ ਉਹੀ ਹੈਗੀ ਨਾ ਜੀ, ਨਾਮ 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 ਉਹਨਾਂ ਨੇ ਅਸਲੀ ਰਸਤੇ ਤੋਂ ਭਟਕਾ ਕੇ ਜਿਹੜਾ ਬਲ ਭੂਸੇ 'ਚ ਵਾਲਿਆ ਜਾ ਰਿਹਾ ਹੈ, ਚੱਕਰ ਤਾਂ ਫਿਰ ਇਹੀ ਹੈ ਨਾ। ਹਾਂਜੀ। ਹੁਣ ਉਹੀ ਪੰਡ ਨਿਯਮ ਦੇ ਅਨੁਸਾਰ ਅੰਗਦ ਦੇਵ ਤੇ ਰੱਖਤੀ ਵੀ ਤੂੰ ਵੀ ਮਿਹਨਤ ਕਰ, ਨਿਯਮ ਹੈ। ਬਿਲਕੁਲ। ਕੁਦਰਤ ਦਾ ਨਿਯਮ ਹੈ, ਨਿਯਮ ਤੋਂ ਬਿਨਾਂ ਕੋਈ ਚੀਜ਼ ਹੈ ਨਹੀਂ, ਕੋਈ ਖੇਡ। ਇਹ ਜੇ ਆਪਾਂ ਆਖੀਏ ਵੀ ਕਬੱਡੀ ਟੂਰਨਾਮੈਂਟ, ਉਹਦੇ 'ਚ ਨਿਯਮ ਨੇ, ਇਹ ਵੱਡਾ ਟੂਰਨਾਮੈਂਟ ਹੈ ਮਨੁੱਖਾਂ ਵਾਸਤੇ, ਜੀਵਾਂ ਵਾਸਤੇ, ਇਹ ਵੱਡਾ ਟੂਰਨਾਮੈਂਟ ਹੈ, ਇਹਦੇ 'ਚ ਵੀ ਨਿਯਮ ਨੇ। ਉਸ ਨੂੰ ਨਾਮ ਕਿਹਾ ਜਾਂਦਾ ਹੈ, ਨਿਯਮ ਨੂੰ, ਹੋਰ ਕੋਈ ਨਾਮ ਨਹੀਂ ਹੈਗਾ। ਜੇ ਕੋਈ ਆਖੇ ਵੀ ਤੋਤਾ ਰੱਟਣ ਨਾਲ, ਫਿਰ ਤਾਂ ਬਾਬਾ ਜੀ ਸਤਨਾਮ 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 ਕਰਕੇ ਤੋਤਾ ਰੱਟਣ ਲਾ ਕੇ ਉਹ ਢੇਰ ਲਾ ਲੈਂਦੇ। ਇਹ ਜਿਹੜੇ ਹੁਣੇ ਕਹਿੰਦੇ ਨੇ ਵੀ ਤੇਰਾ ਆਹ ਕੁਛ ਬਣ ਜੂਗਾ, ਨਾ ਬਸ ਦੱਬੀ ਚੱਲਿਆ, ਇਹ ਦੁਕਾਨ ਦਾ ਸੌਦਾ ਬਣਾ ਲਿਆ, ਇਹ ਦੁਕਾਨ ਦਾ ਸੌਦਾ ਬਣਾ ਲਿਆ ਵੀ ਅਸੀਂ ਨਾਮ ਦਿੰਦੇ ਹਾਂ, ਆ ਜਾਓ ਭਾਈ। ਪ੍ਰੈਕਟੀਕਲ ਤੋਂ ਬਿਨਾਂ ਮੈਨੂੰ ਤੁਸੀਂ ਕੋਈ ਕੁਛ ਕਰਕੇ ਦਿਖਾ ਦਿਓ, ਨਹੀਂ ਹੁੰਦਾ ਜੀ, ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਕੋਈ ਚੀਜ਼ ਪੈਦਾ ਹੋ ਜੂਗੀ। ਗੁਰੂ ਸਾਹਿਬਾਨਾਂ ਨੇ ਸਾਰਾ ਕੁਛ ਕਰਕੇ ਦਿਖਾਇਆ ਤੌਰ ਤੇ ਕਰਿਆ। ਹਾਂਜੀ, ਪ੍ਰੈਕਟੀਕਲੀ। ਮੈਂ ਜਦੋਂ ਸਵੇਰੇ ਉੱਠਦਾ ਜੀ, ਉੱਠ ਕੇ ਪਸ਼ੂਆਂ ਨੂੰ ਪੱਠੇ ਪਾਉਣਾ ਜੀ, ਇਸ਼ਨਾਨ ਕਰਦਾ, ਜਪਜੀ ਸਾਹਿਬ ਦਾ ਪਾਠ ਕਰਦਾ, ਅਤੇ ਜੀ ਜੇ ਫਿਰ ਹੁਣ ਇਹ ਚੀਜ਼ ਹੁੰਦੀ ਨਾਮ ਦੇ ਜਪਣ ਨਾਲ ਹੀ ਸਾਰਾ ਕੁਛ ਬਣਦਾ ਹੁੰਦਾ, ਫਿਰ ਤਾਂ ਧਾਰਾਂ ਵੀ ਆਪੀ ਚੋਦਿਆ ਕਰਦਾ। ਬਿਲਕੁਲ ਹੈ ਜੀ, ਬਿਲਕੁਲ।
ਹੁਣ ਜਿਵੇਂ ਪਿੱਛੇ ਆਪਣੇ ਗੁਰੂ ਗ੍ਰੰਥ ਸਾਹਿਬ ਜੀ 'ਚ ਮਤਲਬ ਮੈਂ ਤੁਹਾਨੂੰ ਇੱਕ ਗੱਲ ਸਪੈਸ਼ਲ ਦੱਸਣ ਲੱਗਿਆ, ਜਿਹੜੀ ਸਪੈਸ਼ਲ ਖੋਜ ਹੈ ਉਹ ਇਹ ਹੈ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਸਮਝੇ ਨਹੀਂ ਹੈਗੇ। ਗੱਲ ਬਿਲਕੁਲ ਜੀ, ਕੋਈ ਸ਼ੱਕ ਨਹੀਂ। ਉਹ ਕਿਸ ਤਰ੍ਹਾਂ ਨਹੀਂ ਸਮਝੇ ਵੀ ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਜੀ 'ਚ ਆਪਾਂ ਨੇ ਇਹ ਸੁਣਾ ਰੱਖੀ ਆਪਾਂ ਨੂੰ ਵੀ ਜਿਹੜੀ ਗੱਲ ਇਹਦੇ 'ਚ ਆ ਗਈ 100% ਸੱਚ ਹੈ। ਹੁਣ ਇਹਦੇ 'ਚ ਕੂੜ ਨੂੰ ਵੀ ਸੱਚ ਮੰਨ ਕੇ ਬੈਠ ਗਏ ਆਪਾਂ, ਜਿਹੜਾ ਬਾਬਾ ਜੀ ਨੇ ਕੂੜ ਲਿਖਿਆ ਵੀ ਭਾਈ ਇਹ ਕੂੜ ਹੈ। ਜਿਵੇਂ ਹੁਣ ਕਈ ਵਾਰੀ ਵਰਮਾ ਵਿਸ਼ਨੂੰ ਮਹੇਸ਼ ਆ ਜਾਂਦਾ, ਉਹ ਲੋਕ ਕਹਿੰਦੇ ਨੇ ਕਿ ਸਾਨੂੰ ਦੂਸਰੇ ਵੀ ਕਹਿ ਦਿੰਦੇ ਨੇ ਤੁਹਾਡੇ ਤਾਂ ਗੁਰੂ ਗ੍ਰੰਥ ਸਾਹਿਬ ਜੀ 'ਚ ਵੀ ਇਹ ਨਾਮ ਹੈ, ਇਹ ਚੀਜ਼ਾਂ ਆਈਆਂ ਨੇ, ਵਰਮਾ ਵਿਸ਼ਨੂੰ ਮਹੇਸ਼ ਆਇਆ, ਰਾਮ ਚੰਦਰ ਆਇਆ, ਕ੍ਰਿਸ਼ਨ ਆਇਆ। ਜਦੋਂ ਉਹਦਾ ਪੜ੍ਹਦੇ ਨਹੀਂ ਹੈਗੇ ਵੀ ਬਾਬਾ ਜੀ ਨੇ ਤਾਂ ਇਹ ਕਿਹਾ ਵੀ ਉਦੋਂ ਹੈ ਹੀ ਕੁਛ ਨਹੀਂ ਸੀ ਭਾਈ, ਇਹ ਬਣਾਏ ਹੋਏ ਨੇ, ਸਾਰੇ ਬਣੇ ਹੋਏ ਨੇ, ਇਹਨਾਂ ਦਾ ਨਾਮਕਰਨ ਵੀ ਇੱਥੇ ਹੋਇਆ। ਬਿਲਕੁਲ ਜੀ, ਇਹ ਇਹ ਜੋੜਦਾਂ ਨੇ ਵੀ ਦੇਖੋ ਉਹਨਾਂ ਦਾ ਜ਼ਿਕਰ ਕੀਤਾ ਹੋਇਆ, ਤੁਹਾਡਾ ਜ਼ਿਕਰ ਕੀਤਾ ਹੋਇਆ। ਹੁਣ ਇਹ ਤਾਂ ਸੋਚਦੇ ਨਹੀਂ ਹੈਗੇ ਵੀ ਬਾਬਾ ਜੀ ਨੇ ਤਾਂ ਇਹ ਕਿਹਾ ਸੀ ਵੀ ਭਾਈ ਜਿਹੜੇ ਨੂੰ ਤੁਸੀਂ ਮੰਨਦੇ ਹੋ ਉਹਦੇ ਹਿਸਾਬ ਨਾਲ ਚੱਲੋ, ਜਿਹੜੇ ਉਸਦੇ ਪੂਰਨ ਗਿਆਨ ਹੈ ਉਹਦੇ ਹਿਸਾਬ ਨਾਲ ਚੱਲੋ। ਹੁਣ ਤੂੰ ਦਰਿਆਓ ਸਭ ਤੁਦ ਹੀ ਮਾਹੇ, ਪਰਮਾਤਮਾ ਨੂੰ ਕਹਿੰਦੇ ਵੀ ਤੂੰ ਤਾਂ ਦਰਿਆਓ ਹੈ, ਸਾਰੇ ਤੇਰੇ ਚੀਜ਼ ਨੇ। ਜਾਂ ਹੋਰ ਕਿੰਨੀਆਂ ਹੀ ਇਹਦੇ 'ਚ ਜਿਵੇਂ ਆ ਜਾਂਦਾ ਵੀ ਮਤਲਬ ਵੀ ਆਹ ਚੀਜ਼ ਹੈ ਜੀ, ਨਾਮਦੇਵ ਜੀ ਨੇ ਵੀ ਆਹ ਗੱਲ ਕਹੀ ਹੈ, ਫਲਾਣਿਆਂ ਨੇ ਆਹ ਗੱਲ ਕਹੀ ਹੈ, ਜਿਹੜੀਆਂ ਉਹਨਾਂ ਨੇ ਗੱਲਾਂ ਕਹੀਆਂ ਨੇ ਉਹ ਕਹਿੰਦੇ ਵੀ ਜੇ ਤੁਸੀਂ ਜਿਵੇਂ ਮੁਸਲਮਾਨ ਨੇ, ਹੁਣ ਮੁਸਲਮਾਨ ਇਸਲਾਮ ਵਾਲੇ ਉਹਨਾਂ ਚੀਜ਼ਾਂ ਨੂੰ ਮੰਨਦੇ ਨੇ, ਗੁਰੂ ਨਾਨਕ ਦੇਵ ਜੀ ਕਹਿੰਦੇ ਤੁਸੀਂ ਸਹੀ ਤਾਂ ਮੰਨੋ, ਤੁਸੀਂ ਪਖੰਡ ਵਾਲੇ ਪਾਸੇ ਕਿਉਂ ਜਾਂਦੇ ਹੋ? ਜੇ ਹੁਣ ਆਪਾਂ ਇਹ ਕਹਿ ਦਈਏ ਵੀ ਉਹ ਵੀ ਸੱਚਾ, ਫਿਰ ਗੁਰੂ ਨਾਨਕ ਦੇਵ ਜੀ ਨੂੰ ਲਿਖਣ ਦੀ ਕੀ ਲੋੜ ਪਈ ਸੀ? ਆਪਾਂ ਨਿਤਾਰਾ ਹੀ ਨਹੀਂ ਕਰ ਸਕੇ ਵੀ ਸੱਚ ਕੀ ਹੈ ਝੂਠ ਕੀ ਹੈ। ਬਿਲਕੁਲ ਜੀ, ਅਸੀਂ ਤਾਂ ਉਹ ਨਿਚੋੜ ਤਾਂ ਅਸੀਂ ਕੱਢੇ ਹੀ ਨਹੀਂ, ਉਹ ਕੱਢੇ ਹੀ ਨਹੀਂ ਆਪਾਂ, ਉਹਨਾਂ ਮਗਰ ਹੀ ਲੱਗ ਗਏ ਵੀ ਹਾਂ ਭਾਈ ਬਰਮਾ ਵਿਸ਼ਨੂੰ ਮਹੇਸ਼ ਗੁਰੂ ਗ੍ਰੰਥ ਸਾਹਿਬ ਜੀ 'ਚ ਵੀ ਹੈ, ਆਪਾਂ ਉੱਥੇ ਵੀ ਮੱਥਾ ਟੇਕ ਲਓ। ਇਸਲਾਮ ਦੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੇ, ਮੁਸਲਮਾਨ ਸੋ ਜੋ ਮੋਮ ਦਿਲ ਹੋਵੇ, ਗੁਰ ਤਾਂ ਇਹ ਕਹਿੰਦੇ ਨੇ ਮੁਸਲਮਾਨ ਹੋਵੇ ਜਿਹੜਾ ਮੋਮ ਦਿਲ ਹੋਵੇ। ਹੁਣ ਕਿਹੜੇ ਜਿਹੜੇ ਮੁਸਲਮਾਨ ਮੋਮ ਤੋਂ ਬਿਨਾਂ ਪੱਥਰ ਦਿਲ ਨੇ ਉਹਨਾਂ ਨੂੰ ਅਸੀਂ ਮੁਸਲਮਾਨ ਮੰਨਾਂਗੇ? ਬਾਬਾ ਜੀ ਕਹਿੰਦੇ ਤੁਸੀਂ ਮੁਸਲਮਾਨ ਬਣੋ, ਅਸੀਂ ਨਹੀਂ ਤੁਹਾਨੂੰ ਕਹਿੰਦੇ ਵੀ ਤੁਸੀਂ ਇਹ ਛੱਡ ਦਿਓ ਰਾਹ, ਬਣੋ ਪਰ ਮੋਮ ਦਿਲ ਬਣੋ, ਮੋਮ ਦਿਲ ਬਣੋ। ਫਿਰ ਹੈ ਹੁਣ ਉਹ ਬਾਹਮਣ ਨੂੰ ਕਹਿੰਦੇ ਵੀ ਭਾਈ ਤੂੰ ਵੀ ਵਿਦਵਾਨ ਹੈ, ਤੂੰ ਵਿਦਵਾਨ ਬਣ, ਸਹੀ ਗੱਲਾਂ ਦੱਸ, ਉਜਾੜੇ ਦੇ ਬੰਧ ਨਾ ਬਣੋ। ਹੁਣ ਇਹ ਤਿੰਨਾਂ ਨੂੰ ਮਿੱਥਿਆ ਹੋਇਆ, ਹਿੰਦੂ ਨੂੰ, ਬਾਹਮਣ ਨੂੰ, ਮੁਸਲਮਾਨ ਨੂੰ, ਕਾਜੀ ਨੂੰ ਅਤੇ ਜੋਗੀਆਂ ਨੂੰ, ਤਿੰਨਾਂ ਨੂੰ ਹੀ ਜੋੜਨ ਵਾਲੇ ਮੰਨਿਆ ਹੋਇਆ ਸੀ। ਬਾਬਾ ਜੀ ਕਹਿੰਦੇ ਤੁਸੀਂ ਤਾਂ ਤਿੰਨੇ ਉਜਾੜੇ ਦੇ ਬੰਧ ਬਣ ਗਏ, ਸਾਰਾ ਕੁਛ ਵੇਚੀ ਜਾਂਦੇ ਹੋ, ਗਿਆਨ ਵੀ ਵੇਚੀ ਜਾਂਦੇ ਹੋ, ਤੁਸੀਂ ਨਾਮ ਵੀ ਵੇਚੀ ਜਾਂਦੇ ਹੋ। ਜਿਹੜਾ ਨਾਮ ਹੈ ਇਹ ਨਿਯਮ ਤਾਂ ਕਹਿੰਦੇ ਜਦੋਂ ਸ੍ਰਿਸ਼ਟੀ ਬਣੀ ਆ ਉਦੋਂ ਤੋਂ ਹੀ ਲਾਗੂ ਹੋਏ ਹੋਏ ਨੇ, ਹੋਰ ਨਾਮ ਕੋਈ ਨਹੀਂ। ਚਾਰ ਯੁੱਗ ਮੈਂ ਨਾਮ ਜਿਹੜਾ ਉੱਤਮ ਹੈ ਉਹ ਇਹੀ ਕਿਹਾ ਬਾਬਾ ਜੀ ਨੇ ਵੀ ਨਾਮ ਉੱਤਮ ਹੈ ਭਾਈ, ਇਹ ਨਾਮ ਨਹੀਂ ਜਿਹੜੇ ਆਪਾਂ ਨੇ ਧਰੇ ਹੋਏ ਨੇ, ਬਰਮਾ ਵਿਸ਼ਨੂੰ ਮਹੇਸ਼ ਕ੍ਰਿਸ਼ਨ ਰਾਮਚੰਦਰ ਜਾਂ ਕੋਈ ਹੋਰ ਸ਼ਕਤੀਸ਼ਾਲੀ ਜਿਹੜਿਆਂ ਨੂੰ ਆਪਾਂ ਨੇ ਬਣਾਤਾ, ਵੀ ਇਹ ਨਾਮ ਨਹੀਂ ਹੈਗੇ, ਇਹ ਵੀ ਨਿਯਮਾਂ 'ਚ ਰਹੇ ਨੇ। ਜੇ ਨਿਯਮ ਤੋੜ ਜਾਂਦੇ, ਕਰਮ ਹੈ ਜਿਹੜਾ ਕਰਮ ਦੇ ਹਿਸਾਬ ਨਾਲ ਨਾਮ ਟਿਕ ਗਏ। ਹੁਣ ਜੇ ਮੈਂ ਖੇਤੀ ਕਰਦਾ, ਕਿਸਾਨ ਹੈ, ਮੇਰਾ ਨਾਮ ਕਿਸਾਨ ਹੋ ਗਿਆ, ਕਰਮ ਹੈ ਮੇਰਾ ਇਹ ਕਰਮ ਦੇ ਹਿਸਾਬ ਨਾਲ ਨਾਮ ਹੋ ਗਏ। ਸੋ ਨਾਮ ਕੋਈ ਆਪਾਂ ਨੂੰ ਇਹ ਨਹੀਂ ਵੀ ਆਪਦੇ ਆਪ ਹੀ ਚੀਜ਼ ਲਿਆ ਕੇ ਦੇ ਦੂਗਾ, ਆਪਾਂ ਨੂੰ ਨਿਯਮ ਦੇ ਵਿੱਚ ਰਹਿ ਕੇ ਹੀ ਸਾਰਾ ਕੁਛ ਕਰਨਾ ਪਊਗਾ। ਨਿਯਮ ਦੇ ਵਿੱਚ ਰਹਾਂਗੇ ਸ਼ਾਂਤੀ ਰਹੂਗੀ,
ਨਿਯਮ ਦੇ ਵਿੱਚ ਹੀ ਰਹਾਂਗੇ, ਸਾਰੇ ਕੰਮ ਰਾਸ ਹੋਣਗੇ। ਨਿਯਮ 'ਚ ਰਹਾਂਗੇ ਆਪਣੇ ਵਾਸਤੇ ਸਵਰਗ ਬਣੂੰਗਾ, ਜਿਹੜੇ ਆਪਣੇ ਗ੍ਰਿਸ਼ਤੀ ਦੇ ਨਿਯਮ ਨੇ ਉਹਨਾਂ 'ਚ ਰਹਾਂਗੇ, ਆਪਣਾ ਗ੍ਰਿਸ਼ਤ ਜਿਹੜਾ ਘਰ ਹੈ ਉਹੀ ਸਵਰਗ ਹੈ। ਸਵਰਗ ਬਿਲਕੁਲ, ਸਵਰਗ ਦਾ ਜਿਹੜਾ ਸ਼ਬਦਕ ਅਰਥ ਬਣਦਾ ਜੀ ਉਹ ਇਹ ਹੈ ਸਵੈ ਰਗ, ਜਿਹੜਾ ਬੰਦਾ ਸਵੈ ਆਪਣੇ ਆਪ 'ਚ ਹੈ, ਰੰਗ ਉਹਦੇ ਆਪਦੇ ਰੰਗ ਨੇ, ਉਸ ਨੂੰ ਆਪਾਂ ਸਵਰਗ ਕਹਿ ਦਿੰਦੇ ਹਾਂ। ਜਦੋਂ ਆਪਣੇ ਦੇ ਦੂਸਰਾ ਰੰਗ ਚੜ੍ਹਦਾ ਹੈ ਉਦੋਂ ਫਿਰ ਆਪਾਂ ਨਰਕ 'ਚ ਵਗ ਜਾਂਦੇ ਹਾਂ। ਆਪਣੇ ਅਸੂਲਾਂ 'ਤੇ ਜਿਹੜਾ ਚੱਲਦਾ, ਨਿਯਮ 'ਤੇ ਚੱਲਦਾ, ਜਿਹੜਾ ਲੀਹਾਂ 'ਤੇ ਜਿਹੜਾ ਨਿਯਮਾਂ 'ਤੇ ਚੱਲਦਾ ਉਹ ਹੈ। ਜੇ ਹੁਣ ਰੁੱਖ ਨੇ ਜਦੋਂ ਬੇਨਿਯਮ ਹੋ ਜਾਂਦੇ ਨੇ ਆਪਾਂ ਇਹਨਾਂ ਦੀ ਕਟਾਈ ਕਰ ਦਿੰਦੇ ਹਾਂ। ਇਸੇ ਤਰ੍ਹਾਂ ਹੀ ਫਿਰ ਹੁਣ ਜਿਹੜਾ ਸਾਡਾ ਕੋਈ ਕਰਤਾ ਹੈਗਾ ਉਹ ਅਲੋਪ ਹੈ, ਚਾਹੇ ਆਪਾਂ ਮਨ ਨੂੰ ਕਹਿ ਦਈਏ, ਉਹ ਆਪਣੀ ਵੀ ਕਟਾਈ ਛੰਗਾਈ ਕਰ ਦਿੰਦਾ ਫਿਰ, ਭਾਈ ਤੂੰ ਤਾਂ ਗਲਤ ਦਿਸ਼ਾਵਾਂ 'ਚ ਚੱਲ ਪਿਆ। ਅਸੂਲਾਂ ਤੋਂ ਹੱਲ ਗਿਆ, ਨਾਮ ਤੋਂ ਹੱਲ ਗਿਆ, ਨਿਯਮ ਤੋਂ ਹੱਲ ਗਿਆ, ਨਿਯਮ ਤੋਂ ਹੱਲ ਗਿਆ। ਸੋ ਮਤਲਬ ਨਾਮ ਦਾ ਮਤਲਬ ਇਹ ਨਹੀਂ ਹੈਗਾ ਕੋਈ ਸ਼ਬਦ, ਇਹਦਾ ਅਰਥ ਹੈਗਾ ਨਿਯਮ। ਨਿਯਮਾਂ 'ਚ ਰਹੋ ਸਾਰਾ ਕੁਛ ਪ੍ਰਾਪਤ ਹੋ ਜਾਂਦਾ। ਜੇ ਹੁਣ ਆਪਾਂ ਕੋਈ ਰਾਜੇ ਦਾ ਨਿਯਮ ਹੀ ਨਹੀਂ ਮੰਨੂਗਾ ਫਿਰ ਉਹ ਔਖਾ ਹੀ ਹੋਊਗਾ। ਸੋ ਇਸ ਤਰ੍ਹਾਂ ਜਿਹੜੇ ਜੀਵਨ ਦੇ ਆਪਣੇ ਨਿਯਮ ਨੇ ਉਹੀ ਆਪਣਾ ਨਾਮ ਹੈ। ਹੋਰ ਕੋਈ ਨਾਮ ਆਪਾਂ ਨੂੰ ਕੁਛ ਦਿੰਦਾ ਨਹੀਂ, ਨਾ ਹੀ ਕੋਈ ਆਪਾਂ ਨੂੰ ਦੇ ਸਕਦਾ। ਇਹ ਆਪਣੇ ਸਵੈ ਦੀ ਖੋਜ ਆਪਣੇ ਅੰਦਰੋਂ ਖੋਜਣਾ ਆਪਾਂ ਨੇ, ਕਿਉਂਕਿ ਜਿਹੜਾ ਮਨ ਹੈ ਤੁਹਾਨੂੰ ਪਹਿਲਾਂ ਦੱਸਿਆ ਵੀ ਇਹਦੇ ਦੋ ਦਰਵਾਜ਼ੇ ਨੇ, ਇੱਕ ਦਰਵਾਜ਼ਾ ਦੁਨਿਆਵੀ ਹੈ, ਦੂਸਰਾ ਦਰਵਾਜ਼ਾ ਅਧਿਆਤਮਕ ਹੈ, ਪਰਮਾਤਮਾ ਵੱਲ ਨੂੰ ਖੁੱਲ੍ਹਦਾ। ਸੋ ਚੀਜ਼ ਜਾਊਗੀ ਜਿਹੜੀ ਉਹ ਜਾ ਕੇ ਦੋਨਾਂ ਦਰਵਾਜ਼ਿਆਂ 'ਚ ਛੇ ਪੰਜ ਦੁਬਧਾ 'ਚ ਪੈ ਜੂਗੀ, ਦੁਬਧਾ ਦੂਜਾ, ਉਹ ਦੁਬਧਾ 'ਚ ਪੈ ਗਈ ਵੀ ਮੈਂ ਇੱਧਰਲੇ ਪਾਸੇ ਜਾਵਾਂ ਕਿੱਧਰਲੇ ਪਾਸੇ ਜਾਵਾਂ। ਜੇ ਹੁਣ ਉਹ ਅਧਿਆਤਮਵਾਦ ਵੱਲ ਜਾਂਦਾ ਤਾਂ ਉਸਨੂੰ ਫਿਰ ਇਹ ਦੁਨੀਆ ਦੇ ਸਵਾਦ ਜਿਹੜੇ ਨੇ ਇਹ ਛੱਡਣੇ ਪੈਣਗੇ, ਉਹ ਇਹ ਨਹੀਂ ਛੱਡਣ ਤਾਂ ਚਾਹੁੰਦਾ, ਚੀਜ਼ ਤਾਂ ਇੱਕੋ ਹੀ ਹੈ। ਉੱਧਰਲੇ ਪਾਸੇ ਸਾਰਾ ਕੁਛ ਛੱਡਣਾ ਪੈਂਦਾ, ਆਪਦੇ ਨਿਯਮ 'ਚ ਰਹਿਣਾ ਪੈਂਦਾ। ਇੱਧਰ ਬੇਨਿਯਮੀਆਂ ਹੁੰਦੀਆਂ ਨੇ, ਕੁਛ ਮਰਜ਼ੀ ਕਰੀ ਜਾਂਦੇ ਨੇ, ਫਿਰ ਸਜ਼ਾ ਭੁਗਤਦੇ ਨੇ। ਜਿਵੇਂ ਹੁਣ ਓਸ਼ੋ ਨੇ ਲਿਖਿਆ, ਕਹਿੰਦਾ ਵੀ ਨਰਕ ਸੁਰਗ ਕੀ ਹੈ, ਵੀ ਨਰਕ ਉਹ ਹੈ ਜਿੱਥੇ ਆਪਾਂ ਨੂੰ ਜਿਹੜੀ ਚੀਜ਼ ਤੋਂ ਦੁੱਖ ਪ੍ਰਾਪਤ ਹੁੰਦਾ ਉਹਨੂੰ ਨਰਕ 'ਚ ਪੇਸ਼ ਕਰਤਾ। ਜਿਵੇਂ ਕਿਸੇ ਦੇਸ਼ ਦੇ ਵਿੱਚ ਠੰਡ, ਤਿੱਬਤ 'ਚ ਠੰਡ ਪੈਂਦੀ ਹੈ, ਹੁਣ ਤਿੱਬਤ ਵਾਲਿਆਂ ਦਾ ਨਰਕ ਪਤਾ ਕੀ ਹੈ, ਉਹ ਕਹਿਣਗੇ ਉੱਥੇ ਤਾਂ ਬਰਫ਼ ਦੀਆਂ ਸਿੱਲੀਆਂ ਵਾਂਗੂ ਜਮਾ ਦਿੰਦੇ ਨੇ, ਉੱਥੇ ਕੱਕੜ ਪੈਂਦਾ, ਬੰਦਾ ਹੱਲ ਨਹੀਂ ਸਕਦਾ, ਐਂ ਨਹੀਂ ਕਰ ਸਕਦਾ। ਹੁਣ ਕਹਿੰਦਾ ਜਿਹੜੇ ਗਰਮ ਦੇਸ਼ ਨੇ ਉਹ ਕਹਿਣਗੇ ਉਹਨੂੰ ਤਾਂ ਤੇਲ ਦੇ ਕੜਾਇਆਂ 'ਚ ਭੁੰਨਦੇ ਨੇ, ਉਹਨੂੰ ਅੱਗ 'ਚ ਮਚਾਉਂਦੇ ਨੇ, ਕਿ ਉਹ ਸੇਕ ਤੋਂ ਦੁਖੀ ਨੇ। ਸੋ ਇਹ ਨਰਕ ਸੁਰਗ ਦਾ ਕੰਸੈਪਟ ਹੈ ਜਿਹੜਾ ਉਹ ਇਸੇ ਤਰ੍ਹਾਂ ਹੀ ਬਣਿਆ ਹੋਇਆ। ਜਦੋਂ ਆਪਣੇ ਮਾਹੌਲ ਠੀਕ ਹੈ, ਘਰ ਦੇ ਵਿੱਚ ਸ਼ਾਂਤੀ ਹੈ, ਧੀ ਪੁੱਤ ਆਗਿਆ 'ਚ ਰਹਿੰਦੇ ਨੇ, ਆਪਾਂ ਵੀ ਉਹਨਾਂ ਦੀ ਆਗਿਆ 'ਚ ਚੱਲਦੇ ਹਾਂ ਜੋ ਕੁਛ ਇਹ। ਹੁਣ ਇੱਕ ਜਦੋਂ ਅਸੀਂ ਕਾਲਜ ਛੱਡਣ ਲੱਗੇ ਨਾ ਜੀ, ਜਿਹੜੀ ਆਖਰੀ ਜੀ ਗੱਲ ਹੈ ਉਹ ਮੈਂ ਤੁਹਾਨੂੰ ਦੱਸਦਾ, ਸਾਡੇ ਲੈਕਚਰਾਰ ਹੁੰਦੇ ਸੀ, ਉਹ ਕਹਿੰਦੇ ਭਾਈ ਮੈਂ ਤੁਹਾਨੂੰ ਤਿੰਨ ਗੱਲਾਂ ਦੱਸਦਾ, ਹਾਂਜੀ ਤੁਸੀਂ ਇਹਨਾਂ ਨੂੰ ਜੇ ਮੰਨ ਲਉਂਗੇ ਤਾਂ ਜੀਵਨ ਤੁਹਾਡਾ ਸੌਖਾ ਬੀਤੀ ਜਾਊਗਾ। ਪਹਿਲੀ ਤਾਂ ਉਸਨੇ ਕਿਹਾ ਵੀ ਡੂ ਨੋਟ ਕੰਸਲਟ, ਕਿਸੇ ਨਾਲ ਰਾਈ ਨਾ ਕਰੋ, ਸਵੈ 'ਚ ਰਹੋ। ਦੂਸਰੀ ਹੈਗੀ ਹੈ ਡੂ ਨੋਟ ਐਡਵਾਈਜ਼, ਕਿਸੇ ਨੂੰ ਨਸੀਹਤ ਨਾ ਦਿਓ ਵੀ ਭਾਈ ਤੂੰ ਐਂ ਨਹੀਂ ਆਹ ਕਰ ਲੈ। ਉਹ ਦੂਸਰਾ ਕਹਿੰਦਾ ਜੇ ਉਦੋਂ ਮੌਕੇ 'ਤੇ ਹਾਂ ਹੂੰ ਕਹੀਂ ਜਾਊਗਾ ਜਾਂਦਾ ਹੋਇਆ ਫਿਰ ਗਾਲ ਕੱਢ ਕੇ ਜਾਊਗਾ, ਤਾਂ ਮੇਰੇ ਨਾਲੋਂ ਸਿਆਣਾ ਬਣਦਾ। ਤੀਸਰਾ ਹੈਗਾ ਡੂ ਨੋਟ ਇੰਟਰਫੀਅਰ, ਕਿਸੇ ਦੀ ਗੱਲ 'ਚ ਦਖਲ ਅੰਦਾਜ਼ੀ। ਹੁਣ ਆਪਾਂ ਆਪਣੇ ਘਰਾਂ 'ਚ ਹੀ ਦੇਖਦੇ ਹਾਂ, ਕਿਸੇ ਜਵਾਕ ਦੀ ਗੱਲ ਨੂੰ ਟੋਕ ਦਿਓ, ਉਹਨੂੰ ਕਹਿੰਦੇ ਐਂ ਨਹੀਂ ਐਂ ਕਰ ਲੈ, ਤੂੰ ਹੀ ਨਾ ਕਰ ਲੈਂਦਾ ਪਹਿਲਾਂ, ਤੈਨੂੰ ਜ਼ਿਆਦਾ ਪਤਾ ਹੈ। ਜੇ ਆਪਾਂ ਕਹਿ ਦਈਏ ਵੀ ਭਾਈ ਦਾਲ ਸਬਜ਼ੀ ਐਂ ਬਣਾਈ ਦੀ ਹੈ,
ਆਪੇ ਬਣਾ ਲੈ ਤੂੰ, ਤੈਨੂੰ ਨਹੀਂ ਬਣਦੀ। ਮਤਲਬ ਉਹ ਚੀਜ਼ ਨੂੰ ਨਹੀਂ ਸਮਝਦੇ, ਮੂਹਰੋਂ ਸਮਝਦੇ, ਆਪਣੇ ਵਾਲੀ ਚਲਾਉਣੀ ਆਪਣੀ। ਚ ਮੇਰਾ ਭਾਈ ਆਇਆ ਜਰਮਨ ਤੋਂ, ਉਰੇ ਆਪਣੇ ਪਪੀਤੇ ਹੁੰਦੇ ਸੀ, ਉਹ ਛੋਟਾ ਇੱਕ ਦਿੱਲੀ ਆ ਭਾਈ ਰਹਿੰਦਾ, ਉਹ ਕਹਿੰਦਾ ਵੀ ਪਪੀਤਿਆਂ ਦਾ ਕੜਾਹ ਬਹੁਤ ਵਧੀਆ ਬਣਦਾ। ਉਹ ਮੇਰੀ ਨੂੰਹ ਨੂੰ ਕਹਿਣ ਲੱਗਿਆ ਵੀ ਲੈ ਭਾਈ ਆਹ ਤੂੰ ਪਪੀਤੇ ਦੇ ਤੇ ਕੱਦੂਕਸ ਕਰਕੇ ਵੀ ਇਹਨਾਂ ਦਾ ਕੜਾਹ ਬਣਾ। ਉਹ ਮੇਰਾ ਜਰਮਨ ਵਾਲਾ ਭਾਈ ਮੇਰੇ ਭਾਈ ਨੂੰ ਲਿਜਾ ਕੇ ਪਰਾਂ ਕਹਿੰਦਾ, ਹੁਣ ਤਾਂ ਕਹਿ ਤਾਂ ਦਿੱਤਾ ਉਹਨੂੰ ਵੀ ਕੜਾਹ ਬਣਾ, ਕਹਿੰਦਾ ਜਿਹੇ ਜਿਹਾ ਬਣ ਜੇ ਉਸੇ ਨੂੰ ਹੀ ਕਹਿੰਦੀ ਬਹੁਤ ਵਧੀਆ। ਖਾ ਲਈ ਖਾ ਲਈ ਨਗੋ ਚ ਨਾ ਕੱਢੀ, ਜੋ ਹੈਗਾ ਬਣ ਗਿਆ ਜੀ, ਬਸ ਬਣ ਗਿਆ, ਨਜ਼ਾਰਾ ਆ ਗਿਆ ਜੀ। ਨਿਜਮ ਦੀ ਗੱਲ ਦੱਸਦਾ ਮੈਂ ਤੁਹਾਨੂੰ, ਨਾਮ ਦੀ ਦੱਸ ਦਿੰਦਾ ਵੀ ਇਹੀ ਨਾਮ ਹੈ ਚੀਜ਼, ਵੀ ਉਹੀ ਚੀਜ਼ ਖਾ ਲਈ ਤੂੰ। ਇੱਕ ਚੀਨ ਦੀ ਕਹਾਵਤ ਵੀ ਹੈ, ਕਹਿੰਦਾ ਵੀ ਲੜਾਈ ਕਿੱਥੋਂ ਸ਼ੁਰੂ ਹੁੰਦੀ ਹੈ, ਉਹ ਕਹਿੰਦੇ ਰਸੋਈ ਤੋਂ। ਉਹ ਕਹਿੰਦੇ ਵੀ ਰਸੋਈ ਤੋਂ ਕਿਵੇਂ, ਲੜਾਈਆਂ ਦੇ ਤਾਂ ਹੋਰ ਬਹੁਤ ਕਾਰਨ ਨੇ। ਉਹ ਕਹਿੰਦਾ ਜਿਹੜੀ ਘਰੇਲੂ ਲੜਾਈ ਆ ਉਹ ਹਮੇਸ਼ਾ ਰਸੋਈ ਤੋਂ ਚੱਲੂਗੀ, ਰਸੋਈ ਤੋਂ ਇਹ ਚੱਲੂਗੀ ਘਰ ਵਾਲਾ ਆਖੂਗਾ ਤਾਂ ਚਾਹ 'ਚ ਮਿੱਠਾ ਘੱਟ ਪਾਇਆ ਜਾਂ ਚਾਹ 'ਚ ਦੁੱਧ ਘੱਟ ਪਾਇਆ, ਕਹਿੰਦਾ ਬਸ ਉੱਥੋਂ ਹੀ ਉਹ ਇਹ ਕਹੂਗੀ ਵੀ ਮੇਰੇ ਗੱਲ ਇਹਨੇ ਝੁਬੋਤੀ, ਉਹ ਕਹੂਗੀ ਤੂੰ ਆਪ ਹੀ ਬਣਾ ਲਿਆ ਘਰ, ਨਗੋਚਾ ਕੱਢਦਾ ਮੇਰੇ 'ਚ, ਨਗੋਚਾ ਕੱਢਦਾ। ਉੱਥੋਂ ਇੱਥੇ ਤੱਕ ਗੱਲਾਂ ਹੋ ਜਾਂਦੀਆਂ ਨੇ ਧਰਮ ਜੀ, ਤਲਾਕ ਤੱਕ ਹੋ ਜਾਂਦੇ ਨੇ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਨਾਲ ਹੀ ਤਲਾਕਾਂ ਤੱਕ ਗੱਲ ਪਹੁੰਚ ਜਾਂਦੀ ਹੈ, ਕਿਉਂ ਉਹ ਬੇਨਿਜਮੇ ਹੋ ਜਾਂਦੇ। ਹਾਂਜੀ ਹਾਂਜੀ, ਨਿਜਮ ਨਹੀਂ, ਨਿਯਮ ਨਹੀਂ, ਉਹ ਨਰਕ ਬਣ ਗਿਆ। ਹੁਣ ਜੇ ਆਪਾਂ ਇਹ ਆਖੀਏ ਵੀ ਇਕੱਲਾ ਬੰਦਾ ਸੁਰਗ 'ਚ ਰਹਿ ਲੂਗਾ, ਨਹੀਂ ਰਹਿ ਸਕਦਾ, ਇਕੱਲਾ ਬੰਦਾ ਕਦੇ ਸੁਰਗ 'ਚ ਨਹੀਂ ਰਹਿ ਸਕਦਾ, ਕਿਉਂ ਇਹਦੇ ਨਾਲ ਜਿਹੜਾ ਅਲਿੰਗਨ ਕੀਤਾ ਹੈ, ਜਿਹੜਾ ਜੋੜੀ ਹੋਈ ਹੈ, ਮਾਦਾ ਜੋੜੀ ਹੋਈ ਹੈ। ਜੇ ਮਾਦਾ ਆਖੇ ਵੀ ਉਹ ਇਕੱਲੀ ਰਹਿ ਕੇ ਸੁਰਗ 'ਚ ਰਹਿ ਲੂਗੀ, ਨਾ ਉਹ ਸੁਰਗ 'ਚ ਰਹਿ ਸਕਦੀ ਹੈ, ਸਵਰਗ ਬਣ ਸਕਦਾ ਉਹਦੇ ਵਾਸਤੇ ਧਰਤੀ, ਨਾ ਹੀ ਮਨੁੱਖ ਵਾਸਤੇ ਸਵਰਗ ਬਣ ਸਕਦੀ ਹੈ। ਦੋਹਾਂ ਦੇ ਮੇਲ ਮਿਲਾਪ ਦੇ ਨਾਲ, ਨਿਯਮ ਦੇ ਅਨੁਸਾਰ ਚੱਲਣ ਦੇ ਨਾਲ ਹੀ ਇਹ ਸੁਰਗ ਬਣੂ, ਸੁਰਗ ਬਣੂਗਾ ਜੀ, ਹੋਰ ਕਦੇ ਸੁਰਗ ਨਹੀਂ। ਹਾਂਜੀ, ਜੇ ਆਪਾਂ ਆਖੀਏ ਵੀ ਭਗਤ ਨਾਮਦੇਵ ਜੀ ਵੀ ਕਹਿੰਦੇ ਨੇ ਵੀ ਮਰਿਆ ਪਿੱਛੋਂ ਮੁਕਤੀ ਮੈਂ ਕੀ ਕਰਨੀ ਹੈ, ਜੇ ਮੁਕਤ ਕਰਨਾ ਹੈ ਮੈਨੂੰ ਜਿਉਂਦੇ ਨੂੰ ਕਰ, ਜਿਉਂਦੇ ਨੂੰ ਕਰ, ਮਰਿਆ ਤੋਂ ਕੀ ਕਰਨਾ, ਮੈਂ ਮੁਕਤ ਕਰ ਰਿਹਾ, ਮੈਨੂੰ ਕੀ ਫਿਰ ਫਾਇਦਾ ਉਹਦਾ ਹੋਊਗਾ, ਔਖਾ ਤਾਂ ਮੈਂ ਹੁਣ ਹੋਣ ਲੱਗਾ ਵੀ ਤੰਗੀਆਂ ਤਾਂ ਇੱਥੇ ਮੈਨੂੰ, ਤੰਗੀਆਂ ਤਾਂ ਇੱਥੇ ਨੇ, ਗਾਹਾਂ ਵਾਲਾ ਕਹਿੰਦਾ ਮੈਂ ਕੀ ਕਰਨਾ। ਹੁਣ ਇਸਲਾਮ ਦੇ ਵਿੱਚ ਵੀ ਇਹ ਆਉਂਦਾ ਹੈ ਵੀ ਜਦੋਂ ਮੁਸਲਮਾਨਾਂ ਨੇ ਦੂਸਰਿਆਂ ਨੇ ਮੁਹੰਮਦ ਦੇ ਚੇਲਿਆਂ ਨੇ ਕਿਹਾ ਵੀ ਸਾਨੂੰ ਇਹ ਯੁੱਧ ਕਰਕੇ ਮਿਲੂਗਾ ਕੀ, ਉਹ ਕਹਿੰਦਾ ਤੁਹਾਨੂੰ ਸੁਰਗ ਦੇ ਵਿੱਚ ਮੈਂ ਪਰੀਆਂ ਦਵਾਉਂ, ਬਹਿਸ਼ਤ ਦੇ ਵਿੱਚ ਪਰੀਆਂ ਭੋਗੋਗੇ। ਹੁਣ ਇੱਥੇ ਤਾਂ ਮਨਾਹੀ ਕਰਦਾ, ਸੁਰਗ ਦੇ ਵਿੱਚ ਪਰੀਆਂ ਭਾਲਦੇ ਨੇ, ਹਾਂਜੀ ਤੁਹਾਨੂੰ ਪਰੀਆਂ ਲੈਣ ਆਉਣਗੀਆਂ, ਪਰੀਆਂ ਲੈਣ ਆਉਣਗੀਆਂ, ਹਵਾ ਝੱਲ ਕੇ ਲਿਜਾਣਗੀਆਂ। ਇਹੀ ਜਿਹੜੇ ਹੁਣ ਬਾਬੇ ਬਣੇ ਫਿਰਦੇ ਨੇ ਇਹਨਾਂ ਦਾ ਵੀ ਇਹੀ ਕੰਮ ਹੈ ਵੀ ਉਰੇ ਤਾਂ ਤੀਵੀਂ ਨਹੀਂ ਮਿਲੀ, ਗਾਂ ਸੁਰਗ 'ਚ ਤਾਂ ਪਰੀ ਲੈ ਲਾਂਗੇ ਕੋਈ, ਹੈਂਜੀ ਝਾਂਸਾ ਇਹੋ ਜਿਹਾ ਦਿੰਦੇ ਲੋਕ, ਝਾਂਸਾ ਇਹੋ ਜਿਹਾ ਦਿੰਦੇ ਨੇ ਜੀ, ਹੈ ਉਹ ਬੁੱਝ ਲੈਂਦੇ ਨੇ ਵੀ ਇਹ ਬੰਦਾ ਕਿਹੜੀ ਚੀਜ਼ ਦਾ ਜ਼ਰੂਰਤਮੰਦ ਹੈ, ਉਹਦੇ ਮੁਤਾਬਕ ਹੀ ਫਿਰ ਉਹ ਚੱਲਦੇ ਨੇ। ਹੁਣ ਬਾਹਰ ਜਾਣ ਦਾ ਲੋਕਾਂ ਨੂੰ ਚੌ ਚੜਿਆ ਹੋਇਆ, ਤੇਰਾ ਮੁੰਡੇ ਨੂੰ ਅਸੀਂ ਫੋਟੋ ਦੇਖ ਕੇ ਐਂ ਕਰ ਦਾਂਗੇ, ਉਹਨੂੰ ਬਾਹਰ ਭੇਜ ਦਾਂਗੇ, ਤੂੰ ਫੋਟੋ ਮੰਗਾ ਲੈ, ਉਹ ਫੋਟੋ ਆ ਜਾਂਦੀਆਂ ਨੇ, ਬੜੇ ਵੀਜ਼ੇ ਮਿਲਦੇ ਨੇ ਹੁਣ ਤਾਂ, ਬੜੇ ਵੀਜ਼ੇ ਮਿਲਦੇ ਨੇ। ਹੈਂਜੀ, ਇਸੇ ਤਰ੍ਹਾਂ ਹੀ ਹੁਣ ਆ ਕਰੋਨਾ ਚੱਲ ਪਿਆ, ਇਹਦੇ ਇਲਾਜ ਵਾਸਤੇ ਕੋਈ ਫੜਾ ਜੂਗਾ, ਦੋ ਮਿਰਚਾਂ ਫੜਾ ਜੂਗਾ, ਕੋਈ ਕੁਛ ਫੜਾ ਜੂਗਾ, ਕਹਿ ਦੂਗਾ ਤੁਹਾਡੇ ਘਰੇ ਨਹੀਂ ਬਣਨਾ, ਅਗਲੇ ਤੋਂ 20-30 ਕਿਲੋ ਦਾਣੇ ਲੈ ਜਾਂਦੇ ਨੇ, 500-400 ਰੁਪਈਆ ਲੈ ਜਾਂਦੇ, ਉਹਨਾਂ ਦਾ ਕੰਮ ਫਿਰ ਚੱਲ, ਉਹਨਾਂ ਦਾ ਕੰਮ ਚੱਲ ਪਿਆ ਚੱਲ। ਜਿਹੜੇ ਲੋਕ ਸੋਚਣ ਵਾਲੇ ਨਾ, ਇੱਥੇ ਇੱਕ ਸਭ ਤੋਂ ਵੱਡੀ ਗੱਲ ਇਹ ਵੀ ਹੈ, ਉਹਨਾਂ ਵਾਸਤੇ ਵੀ ਚੈਲੰਜ ਹੈ, ਜਿਹੜੇ ਲੋਕ ਉਹਨਾਂ ਦੇ ਮਗਰ ਜਾਂਦੇ ਨੇ ਉਹਨਾਂ ਵਾਸਤੇ, ਉਹਨਾਂ ਵਾਸਤੇ ਵੀ ਚੈਲੰਜ ਹੈ, ਤੁਸੀਂ ਕਰਾਓ ਹੱਲ,
ਹੱਲ ਕਰਾਓ। ਜਿਵੇਂ ਇਹ ਨਾ ਜੀ ਮਸਲੇ ਮਿਲ ਜਾਂਦੇ ਨੇ, ਜਿਹੜਾ ਬੰਦਾ ਕੋਈ ਕਿਸੇ ਪਾਸੇ ਤੁਰਿਆ ਹੋਇਆ ਨਾ, ਉਹਦੇ ਵਾਸਤੇ ਇੱਕ ਮੈਟਰ ਮਿਲ ਜਾਂਦਾ। ਜਿਵੇਂ ਹੁਣ ਪਿੱਛੇ ਜੇ ਮੈਟਰ ਮਿਲ ਗਿਆ ਸੀ ਆਹ ਜਿਹੜੀ ਲੜਕੀ ਦੇ ਉਸ ਬਲਾਤਕਾਰ ਤੋਂ ਬਾਅਦ ਚਾਰ ਨੂੰ ਫਾਂਸੀ ਮਿਲੀ ਹੈ, ਜਦੋਂ ਉਹ ਚੱਲੇ ਸੀ ਉਦੋਂ ਦੇਖੋ ਕਿੰਨਾ ਇਹਨਾਂ ਨੂੰ ਮੀਡੀਆ ਵਾਲਿਆਂ ਨੂੰ ਕਿੰਨਾ ਮੈਟਰ ਮਿਲ ਗਿਆ, ਕੋਈ ਦਿਨ ਉਸੇ ਪਿੱਛੇ ਲੱਗੀ ਰਹੇ। ਆਹ ਹੁਣ ਸ਼ਹਾਨ ਬਾਗ ਜਿਹੜਾ ਹੈਗਾ ਉਹ ਮੈਟਰ ਮਿਲ ਗਿਆ, ਕਿੰਨੇ ਦਿਨ ਉਹਦੇ ਪਿੱਛੇ ਚੱਲੀ ਗਿਆ, ਥੋੜਾ ਸਮਾਂ ਚੱਲਦਾ ਉਹ ਥੋੜਾ ਸਮਾਂ। ਜਦੋਂ ਇੱਕ ਹੋਰ ਦੇਖਿਆ ਸਾਡੇ ਦੇਸ਼ ਦੀ ਇਹ ਵੀ ਤਰਾਸਦੀ ਰਹੀ ਹੈ, ਜਦੋਂ ਕੁਛ ਹੋ ਜਾਂਦਾ ਅਸੀਂ ਫੇਰ ਉਹਦੇ ਵੱਲ ਭਜਦੇ ਆ। ਹਾਂਜੀ, ਫਿਰ ਕਹਿੰਦੇ ਆ ਸਰਕਾਰ ਨੇ ਇਹ ਨਹੀਂ ਕਿਰਿਆ, ਹੁਣ ਫਤਿਹਵੀਰ ਵਾਲਾ ਮਾਮਲਾ ਹੋਇਆ, ਪਿਛਲੇ ਦਿਨ ਲੌਂਗੋਵਾਲ ਹੋਇਆ। ਹਾਂਜੀ, ਪਰ ਥੋੜੇ ਦਿਨ ਬੜੀ ਲਾਲਾ ਲਾਲਾ ਬੜੀ ਲਾਲਾ ਲਾਲਾ ਹੁੰਦੀ ਹੈ। ਹੁਣ ਇਹੀ ਹੁਣ ਕੋਰੋਨਾ ਵਾਇਰਸ ਦਾ ਚੱਲ ਪਿਆ, ਹੁਣ ਇਹਦੇ ਨਾਲ ਪ੍ਰਚਾਰ ਸ਼ੁਰੂ ਹੋ ਰਿਹਾ। ਮੇਰਾ ਖਿਆਲ ਹੈ ਉਨੇ ਤਾਂ ਮਰੀਜ਼ ਨਹੀਂ ਹੋਣੇ ਜਿੰਨੇ ਡਾਕਟਰ ਬਣੇ ਫਿਰਦੇ ਨੇ। ਆਹ ਦੂਸਰੇ ਜਿਹੜੇ ਵਿਚਾਰੇ ਡਾਕਟਰ ਨੇ ਉਹ ਤਾਂ ਮਿਹਨਤਾਂ ਕਰ ਕਰਕੇ ਉਹ ਖੁਦ ਬਿਮਾਰ ਹੋਈ ਜਾਂਦੇ ਨੇ, ਉਹ ਤਾਂ ਸੌਂਦੇ ਵੀ ਨਹੀਂ ਹੋਣੇ ਜੀ, ਉਹਨਾਂ ਦਾ ਤਾਂ ਮਾਈਂਡ ਉੱਥੇ ਲੱਗਿਆ ਹੋਇਆ ਇਹਦਾ ਹੱਲ ਕਿਵੇਂ ਨਿਕਲੂਗਾ, ਹੱਲ ਕਿਵੇਂ ਨਿਕਲੂਗਾ। ਇਹ ਉਈ ਵੰਡਦੇ ਫਿਰੀ ਜਾਂਦੇ ਨੇ ਇਲਾਜ ਵਾਲੇ ਦਾ, ਥੋੜੇ ਸ਼ੁਰੂ ਕਰਦੇ ਨੇ। ਹਾਂਜੀ ਵੀ ਆ ਜਾਓ ਭਾਈ ਅਸੀਂ ਕਰਦੇ ਹਾਂ ਇਲਾਜ, ਔਰ ਲੋਕ ਵੀ ਮਗਰ ਲੱਗ ਜਾਂਦੇ ਨੇ। ਦੇਖੋ ਸਾਡੀ ਤਾਂ ਦਿਮਾਗ ਹੀ ਇੰਨਾ ਕਹਿੰਦੇ। ਹਾਂ ਬਸ ਇੱਥੇ ਗੱਲ ਵਾਲੇ ਪਾਸੇ ਤਾਂ ਉਹੀ ਗੱਲ ਹੈ ਵੀ ਜਿਹੜੇ ਬਾਬੇ ਨਾਨਕ ਦੀ ਅਸਲੀ ਸੋਚ ਤੀ ਨਾ, ਉਹ ਤਾਂ ਅਸੀਂ ਉਸ ਪਾਸੇ ਅਸੀਂ ਜਾ ਅਸੀਂ ਨਖੇੜ ਨਹੀਂ ਸਕੇ ਉਸ ਨੂੰ, ਕੂੜ ਨੂੰ ਤੇ ਸੱਚ ਨੂੰ ਨਖੇੜ ਹੀ ਨਹੀਂ ਸਕੇ। ਸੁੱਚ ਹੋਵੇ ਤਾਂ ਸੱਚ ਪਾਈਏ, ਜੇ ਸਾਡੇ ਅੰਦਰ ਸੁੱਚਤਾ ਹੋਊਗੀ ਤਾਂ ਅਸੀਂ ਸੱਚ ਨੂੰ ਪ੍ਰਾਪਤ ਕਰਾਂਗੇ। ਜੇ ਅਸੀਂ ਹੀ ਕੂੜ ਦੇ ਭਰੇ ਪਏ ਹਾਂ, ਸੱਚ ਕਿੱਥੋਂ ਲੱਭ ਲਾਂਗੇ, ਸਾਡੇ 'ਚ ਨਿਯਮ ਕਿੱਥੋਂ ਆ ਜਾਣਗੇ, ਸਾਡੇ 'ਚ ਨਾਮ ਕਿੱਥੋਂ ਆ ਜਾਊ। ਜੇ ਅਸੀਂ ਨਾਮ ਦਾ ਸਿਮਰਨ ਜਾਂ ਨਾਮ ਦਾ ਜਾਪ, ਜਾਪ ਦਾ ਮਤਲਬ ਹੁੰਦਾ ਜਾਣਨਾ, ਸਿਮਰਨ ਦਾ ਮਤਲਬ ਵੀ ਇਹੀ ਹੈ ਵੀ ਭਾਈ ਤੁਸੀਂ ਹਰ ਵਕਤ ਨਿਯਮਾਂ ਦੇ ਅਨੁਸਾਰ ਚੱਲਦੇ ਹੋ, ਚੱਲਣਾ ਲਾ ਲਓ, ਕੁਛ ਕਰਨਾ ਲਾ ਲਓ। ਹੁਣ ਜਾਪ ਨੂੰ ਜਿਵੇਂ ਕਹਿੰਦੇ ਨੇ ਜਪ, ਜਪ ਦਾ ਇੱਧਰ ਜੇ ਤੁਸੀਂ ਅੰਮ੍ਰਿਤਸਰ ਸਾਈਡ 'ਤੇ ਚਲੇ ਜਾਓ ਨਾ ਜੀ, ਉੱਧਰ ਜਪ ਜਾਣਨ ਨੂੰ ਕਹਿੰਦੇ ਨੇ। ਹੁਣ ਜਿਵੇਂ ਕਹਿੰਦੇ ਨੇ ਮੈਨੂੰ ਤਾਂ ਇੱਥੇ ਕੁਛ ਜਾਪਦਾ ਨਹੀਂ, ਮੈਨੂੰ ਤਾਂ ਇੱਥੇ ਕੁਛ ਦਿਸਦਾ ਨਹੀਂ। ਸੋ ਇਹ ਸ਼ਬਦਾਂ ਦੇ ਹੇਰ ਫੇਰ ਦੇ ਨਾਲ ਹੀ ਲੋਕਾਂ ਨੇ ਆਪਦੀਆਂ ਦੁਕਾਨਾਂ ਚਲਾ ਲਈਆਂ ਜੀ। ਅਸਲੀ ਜਿਹੜੀ ਉਹਦੀ ਹੈਗੀ ਸੀ ਆਪਾਂ ਕਹਿ ਲਈਏ ਮਤਲਬ ਸੀਗਾ, ਉਹ ਤੋਂ ਦੂਰ ਹੋ ਗਏ। ਹੁਣ ਉਹੀ ਚੀਜ਼ਾਂ ਆਪਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜੀ ਸੱਚਾਈ ਸੀ ਉਹਨੂੰ ਕੂੜ ਦੇ ਨਾਲ ਹੀ ਖੜਾ ਕਰ ਲਿਆ। ਹਾਂਜੀ, ਕੂੜ ਨੂੰ ਵੀ ਸੱਚ ਬਣਾ ਲਿਆ, ਸੱਚ ਤਾਂ ਸੱਚ ਹੈਗਾ ਹੀ, ਕੂੜ ਨਖੁੱਟਾ ਨਾਨਕਾ ਓੜਕ ਸੱਚ ਰਹੀ। ਨਾਲੇ ਪਤਾ ਵੀ ਇਹਨੇ ਨਖੁੱਟ ਜਾਣਾ, ਇਸਨੇ ਟੁੱਟ ਜਾਣਾ, ਇਹਨੇ ਰਹਿਣਾ ਨਹੀਂ, ਲੇਕਿਨ ਅਸੀਂ ਫਿਰ ਵੀ ਉਸਨੂੰ ਸੱਚ ਮੰਨ ਲਿਆ ਕਿਉਂਕਿ ਵੀ ਇਹ ਗੁਰੂ ਗ੍ਰੰਥ ਸਾਹਿਬ ਜੀ 'ਚ ਆਇਆ ਹੋਇਆ। ਹੁਣ ਇੱਕ ਤੁਹਾਨੂੰ ਹੋਰ ਦੱਸ ਦਿਆਂ ਲੈ, ਹੁਣ ਜਦੋਂ ਕਥਾਕਾਰ ਨੇ ਨਾਮ ਦੀ ਹੀ ਗੱਲ ਦੱਸ ਦਿੰਦੇ, ਕਥਾਕਾਰ ਕਹਿਣਗੇ ਭਾਈ ਤੈਨੂੰ ਕਿੰਨਾ ਚਿਰ ਹੋ ਗਿਆ ਗੁਰਦੁਆਰੇ ਜਾਂਦੇ ਨੂੰ? ਮੈਨੂੰ ਤਾਂ ਜੀ 10 ਸਾਲ ਹੋ ਗਏ। ਤੂੰ ਫਿਰ ਐਂ ਕਰ, ਦਸੇ ਗੁਰੂਆਂ ਦੇ ਨਾਂ ਦੱਸ। ਉਹ ਗੁਰੂ ਤਾਂ ਇੱਕ ਬਣਾ ਕੇ ਗਏ ਨੇ, 3 ਦਾ ਨਾਂ ਨਹੀਂ ਲਿਆ ਉਹਨਾਂ ਨੇ, ਬ੍ਰਹਮਾ ਵਿਸ਼ਨੂੰ ਮਹੇਸ਼ ਨਹੀਂ ਮੰਨਿਆ ਉਹਨਾਂ ਨੇ, ਤਾਂ ਇੱਕ ਨੂੰ ਕਿਹਾ ਵੀ ਇੱਕੋ ਹੀ ਹੈ, ਅਸੀਂ ਫਿਰ 10 'ਚ ਵੰਡਤੇ। ਜੇ ਹੁਣ 1 ਤੋਂ 2 ਹੋ ਗਏ ਉੱਥੇ ਝਗੜਾ ਚੱਲ ਪਊ, ਵੱਡਾ ਕੌਣ ਹੈ? ਹੁਣ ਬ੍ਰਹਮਾ ਵਿਸ਼ਨੂੰ ਮਹੇਸ਼ ਦਾ ਨਾਰਦ ਮੁਨੀ ਨੇ ਜਾ ਕੇ ਬ੍ਰਹਮਾ ਨੂੰ ਸਵਾਲ ਕਰਤਾ, ਕਹਿੰਦਾ ਵੀ ਬਾਪੂ ਤੁਸੀਂ ਤਿੰਨਾਂ 'ਚੋਂ ਪਹਿਲਾਂ ਕਿਹੜਾ ਬੜਾ ਹੈ ਤੁਹਾਡੇ 'ਚੋਂ, ਦੱਸੋ। ਉਹ ਬ੍ਰਹਮਾ ਕਹਿੰਦਾ ਵੀ ਮੈਨੂੰ ਤਾਂ ਪਤਾ ਨਹੀਂ, ਆਪਾਂ ਵਿਸ਼ਨੂੰ ਕੋਲੇ ਚੱਲਦੇ ਹਾਂ। ਵਿਸ਼ਨੂੰ ਨੂੰ ਪੁੱਛਿਆ, ਉਹ ਕਹਿੰਦਾ ਵੀ ਮੈਨੂੰ ਤਾਂ ਕੋਈ ਆਪ ਪਤਾ ਨਹੀਂ। ਉਹ ਕਹਿੰਦੇ ਚਲੋ ਸ਼ਿਵ ਕੋਲੇ ਚੱਲਦੇ ਹਾਂ।
ਉਹ ਸ਼ਿਵ ਕੋਲੇ ਗਏ। ਸ਼ਿਵ ਕਹਿੰਦਾ ਮੈਨੂੰ ਤਾਂ ਭਾਈ ਆਪ ਨਹੀਂ ਪਤਾ ਵੀ ਕਿਹੜਾ ਪਹਿਲਾਂ ਜੰਮਿਆ। ਉਹ ਕਹਿੰਦੇ ਫਿਰ ਆਪਾਂ ਐਂ ਕਰਦੇ ਹਾਂ, ਦੁਰਗਾ ਮਾਤਾ ਕੋਲੇ ਚੱਲਦੇ ਹਾਂ, ਉਹ ਦੱਸੂਗਾ। ਉਹ ਦੁਰਗਾ ਮਾਤਾ ਕੋਲੇ ਗਏ, ਉਹ ਕਹਿੰਦੇ ਵੀ ਸਾਡੇ 'ਚੋਂ ਬੜਾ ਕੌਣ ਹੈ? ਉਹ ਕਹਿੰਦੀ ਮੈਨੂੰ ਤਾਂ ਆਪ ਨਹੀਂ ਪਤਾ, ਮੈਨੂੰ ਤਾਂ ਤਿੰਨੇ ਖੇਡਦੇ ਮਿਲੇ ਤੇ ਤੁਸੀਂ ਮੈਨੂੰ ਤਾਂ ਕੋਈ ਫੜਾ ਗਿਆ ਸੀ ਵੀ ਆਹ ਤਿੰਨ ਖੇਡਦੇ ਨੇ ਨਿਆਣੇ, ਇਹਨਾਂ ਨੂੰ ਪਾਲ ਲੈ। ਹੁਣ ਜਦੋਂ ਦੂਸਰਾ ਹੋ ਗਿਆ, ਇਹ ਤਾਂ 10 ਗੁਰੂਆਂ 'ਚੋਂ ਵੀ ਆਪਾਂ ਨੂੰ ਕਿੰਤੂ ਹੋ ਜੂਗਾ ਵੀ ਇਹਦੇ 'ਚੋਂ ਸ਼ਕਤੀਸ਼ਾਲੀ ਗੁਰੂ ਗੋਬਿੰਦ ਸਿੰਘ ਹੈ, ਇੱਕ ਗੁਰੂ ਨਾਨਕ ਦੇਵ ਹੈ। ਜਦਕਿ ਉੱਥੇ ਗੁਰੂ ਗੋਬਿੰਦ ਸਿੰਘ ਜੀ ਇੱਕ ਜਗ੍ਹਾ ਮੈਂ ਪੜ੍ਹਿਆ ਸੀ ਵੀ ਨਾਨਕ ਹਮ ਗੋਬਿੰਦ ਹੀ ਹਮ, ਵੀ ਨਾਨਕ ਵੀ ਅਸੀਂ ਹੀ ਹੈ, ਗੋਬਿੰਦ ਵੀ ਅਸੀਂ ਹੀ ਹੈ। ਲੇਕਿਨ ਭਾਈ ਜੀ ਪੁੱਛਣਗੇ ਦੱਸੇ ਗੁਰੂਆਂ ਦੇ ਨਾਂ ਦੱਸੋ, ਲੈ ਦੱਸੀ ਚੱਲੋ ਨਾਂ। ਸੋ ਇਸ ਤਰ੍ਹਾਂ ਇਹ ਜਿਹੜਾ ਉਸ ਲੀਹ ਤੋਂ ਹੀ ਪਿੱਛੇ ਹਟ ਗਏ ਜੀ। ਸਾਨੂੰ ਤਾਂ ਉਹ ਹੋਰ ਕੁਛ ਕਰਨ ਵਾਸਤੇ ਕਹਿ ਕੇ ਗਏ ਥੇ, ਅਸੀਂ ਕੁਛ ਹੋਰ ਕਰਦੇ ਹਾਂ। ਇਹ ਚੀਜ਼ਾਂ ਨੇ ਜੀ। ਸੋ ਸਾਨੂੰ ਇਹ ਸੋਚਣਾ ਪਊਗਾ ਵੀ ਜਿਹੜਾ ਨਾਮ ਹੈ ਇਹ ਸੁਰਗ 'ਚ ਤਾਂ ਪਹੁੰਚਾਊਗਾ, ਚਲੋ ਐਂ ਲਾ ਲਓ ਵੀ ਨਾਮ ਸੁਰਗ 'ਚ ਪਹੁੰਚਾਉਂਦਾ ਬੰਦੇ ਨੂੰ, ਜੇ ਕੋਈ ਨਾਮ ਜਪਦਾ ਸੁਰਗ 'ਚ ਵੀ ਤਾਂਹੀਓ ਪਹੁੰਚਾਊਗਾ ਜੇ ਨਿਯਮਾਂ ਅਨੁਸਾਰ ਚੱਲਾਂਗੇ। ਨਾਮ ਦਾ ਮਤਲਬ ਹੀ ਜਦੋਂ ਨਿਯਮ ਹੈ, ਜਦੋਂ ਅਸੀਂ ਨਿਯਮ ਨਹੀਂ ਮੰਨਦੇ ਅਸੀਂ ਨਾਮ ਕੀ ਮੰਨਾਂਗੇ। ਇਹ ਨਾਮ ਦਾ ਕਨਸੈਪਟ ਜਿਹੜਾ ਉਹ ਇਹ ਹੈ ਜੀ। ਹੋਰ ਨਾਮ ਦਾ ਕੋਈ ਭਾਵ ਨਹੀਂ ਹੈ, ਕੋਈ ਇਹ ਸਾਨੂੰ ਕੋਈ ਮੰਤਰ ਨਹੀਂ ਹੈਗਾ। ਜਿਵੇਂ ਹੁਣ ਕਹਿੰਦੇ ਨੇ ਜੀ ਮੂਲ ਮੰਤਰ, ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਜੀ ਮੂਲ ਮੰਤਰ ਹੈ ਇਹ, ਉਹ ਮੰਤਰਾਂ ਦੀ ਤਾਂ ਉਹ ਨਿਖੇਧੀ ਕਰਕੇ ਗਏ ਨੇ, ਉਹਨਾਂ ਨੇ ਲਿਖਿਆ ਵੀ ਇਹ ਮੰਤਰ ਹੈ। ਉਹਨਾਂ ਨੇ ਤਾਂ ਉਹ ਗੁਣ ਦੱਸਤੇ ਵੀ ਭਾਈ ਉਹ ਜਿਹੜਾ ਕਰਤਾ ਹੈ ਉਹਦੇ ਇਹ ਗੁਣ ਨੇ। ਉਹ ਇੱਕ ਆਕਾਰ ਇੱਕ ਸੀ, ਅੱਗੇ ਆਕਾਰ ਬਣਾ ਲਿਆ, ਅੱਗੇ ਆਪਦੇ ਉਹ ਜਿਹੜੇ ਪਰਮਾਤਮਾ ਦੇ ਗੁਣ ਥੇ। ਜਦੋਂ ਇੱਕ ਹੈ ਉਹਨੂੰ ਕਾਹਦਾ ਡਰ ਹੈ? ਹੁਣ ਆਪਾਂ ਇਕੱਲੇ ਹੈ, ਆਪਾਂ ਨੂੰ ਕਾਹਦਾ ਡਰ ਹੈ? ਜਦੋਂ ਦੋ ਬਣ ਗਏ ਡਰ ਪੈਦਾ ਹੋ ਗਿਆ। ਸੋ ਇਹ ਚੀਜ਼ਾਂ ਨੇ ਜੀ ਵੀ ਜਦੋਂ ਆਪਾਂ ਮਤਲਬ ਇਹਨਾਂ ਗੱਲਾਂ 'ਚ ਪਏ ਗਏ ਉਦੋਂ ਹੀ ਆਪਣੇ ਵਿੱਚ ਵੰਡਨਾਵਾ ਸ਼ੁਰੂ ਹੋ ਗਿਆ। ਉਦੋਂ ਹੀ ਸਾਰੇ ਪਹਿਲਾਂ ਇੱਕੋ ਹੀ ਚੀਜ਼ ਹੁੰਦੀ ਸੀ, ਸਾਰੇ ਫਿਰਦੇ ਥੇ, ਫਿਰ ਮੁਸਲਮਾਨ ਇਸਲਾਮ ਬਣ ਗਏ। ਹੁਣ ਜੇ ਆਪਾਂ ਆਖੀਏ ਵੀ ਤੀਸਰੀ ਧਿਰ ਸਿੱਖ ਬਣ ਗਏ, ਹੁਣ ਸਿੱਖਾਂ ਨੂੰ ਕਿੰਨਾ ਖਤਰਾ ਹੈ? ਇਹਨਾਂ ਨੂੰ ਹਿੰਦੂ ਵੀ ਮਾਰਦੇ ਨੇ, ਮੁਸਲਮਾਨ ਵੀ ਮਾਰਦੇ ਨੇ। ਗੁਰੂ ਨਾਨਕ ਦੇਵ ਜੀ ਜਦੋਂ ਗਏ ਨੇ ਮੱਕੇ ਮਦੀਨਾ, ਕਹਿੰਦੀ ਉਦੋਂ ਸਵਾਲ ਕਰਤਾ ਵੀ ਹਿੰਦੂ ਬੜਾ ਕਿ ਮੁਸਲਮਾਨ ਹੋਈ? ਉਹ ਕਹਿੰਦੇ ਅਮਲਾਂ ਵਾਜੋ ਦੋਨੋਂ ਰੋਈ, ਹਿੰਦੂ ਕਹਾਂ ਤਾਂ ਮਾਰੀਆਂ, ਮੁਸਲਮਾਨ ਵੀ ਨਹੀਂ। ਮੈਂ ਨਾ ਮੁਸਲਮਾਨ ਹੈ ਨਾ ਮੈਂ ਹਿੰਦੂ ਹਾਂ, ਜੇ ਮੈਂ ਹਿੰਦੂ ਕਹਿੰਦਾ ਤੁਸੀਂ ਮਾਰੋਗੇ, ਜੇ ਮੁਸਲਮਾਨ ਕਹਿੰਦਾ ਤਾਂ ਉਹ ਮਾਰਨਗੇ। ਮੈਂ ਤਾਂ ਹੱਡ ਮਾਸ ਕਾ ਪੁਤਲਾ ਨਾਨਕ ਦੀਵਾਨਾ, ਮੈਂ ਤਾਂ ਹੱਡ ਮਾਸ ਦਾ ਪੁਤਲਾ ਨਾਨਕ ਹੈ ਪਾਗਲ ਹਾਂ, ਮੈਨੂੰ ਗਿਆਨ ਵੀ ਕੋਈ ਨਹੀਂ। ਜੇ ਕੋਈ ਆਖੇ ਵੀ ਗਿਆਨ ਹੈ ਮੈਨੂੰ, ਗਿਆਨ ਵੀ ਕੋਈ ਨਹੀਂ, ਗਿਆਨ ਧਿਆਨ ਕੁਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ, ਉਹਦੀ ਸਾਰ ਫਿਰ ਕਿੱਥੋਂ ਆਊਗੀ ਜੀ? ਉਹ 84 ਲੱਖ ਕੀ ਨਾ ਕਿੱਥੋਂ ਗਿਣੂਗਾ ਕੋਈ, ਜਦੋਂ ਉਹਦਾ ਪਤਾ ਹੀ ਨਹੀਂ। ਬੇਅੰਤ ਹੈ ਉਹ ਨਾਨਕ, ਅੰਤ ਨਾ ਅੰਤ। ਹੁਣ ਜਪਜੀ ਸਾਹਿਬ ਦੀ ਪੌੜੀ ਆ ਉਹ ਗਿਆਨ ਖੰਡ ਮੈਂ ਹੈ, ਗਿਆਨ ਪ੍ਰਚੰਡ ਵਾਲੀ, ਕਿਤੇ ਪਵਨ ਪਾਣੀ ਬਸੰਤਰ ਕਿਤੇ ਕਾਨ ਮਹੇਸ, ਕਿਤੇ ਬ੍ਰਹਮਾ ਘਾਟ ਘੜੀਆ ਰੂਪ ਰੰਗ ਕੇ ਬੇਸ, ਕੇਤੀਆ ਕਰਮ ਭੂਮੀ ਮੇਰ ਕਿਤੇ ਕਿਤੇ ਤੂੰ ਉਪਦੇਸ਼। ਇਹੀ ਪੌੜੀ ਲੈ ਲਓ ਆਪਾਂ ਗਿਆਨ ਵਾਲੀ, 84 ਲੱਖ ਦਾ ਸਾਰਾ ਕੁਛ ਹੀ ਕੱਟਿਆ ਗਿਆ। ਇਹ ਕਨਸੈਪਟ ਹੀ ਖਤਮ ਹੋ ਗਿਆ ਵੀ 84 ਲੱਖ ਹੈਗੀ ਹੈ ਕੋਈ ਚੀਜ਼। ਸੋ ਇਹ ਮਰਦਮਸ਼ੁਮਾਰੀ ਨਹੀਂ ਹੋਈ ਹੋਈ ਜੀ, ਇਹ ਚੱਕਰ ਬਣਾਏ ਹੋਏ ਨੇ ਸਿਰਫ ਸੱਚ ਨੂੰ ਕਹਿਣ ਵਾਸਤੇ ਵੀ ਇਹ ਸੱਚ ਮੰਨਿਆ ਜਾਵੇ। ਕਲਪਨਾ ਨੂੰ ਖੰਭ ਲਾ ਕੇ ਉਡਾਤਾ ਲੋਕਾਂ ਦੇ ਵਿੱਚ, ਭਰਮ ਫੈਲ ਗਿਆ, ਉਹ ਕਰੋਨਾ ਵਾਇਰਸ ਵਾਂਗੂ ਲੋਕਾਂ ਦੇ ਵਿੱਚ ਵੜ ਗਿਆ।
ਦਿਮਾਗਾਂ ਦੇ ਵਿੱਚ ਵੜ ਗਿਆ, ਕਿਉਂਕਿ ਮਨ ਹੈ ਜਿਹੜਾ ਇਹਦੇ 'ਚ ਤੁਹਾਨੂੰ ਦੱਸਿਆ ਵੀ ਉਹੀ ਵਾਇਰਸ ਪੰਜ ਨੇ ਇਹਦੇ 'ਚ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਵਾਇਰਸ ਨੇ ਇਸ ਦੇ, ਉਹ ਵਾਇਰਸ ਦੇ ਹਿਸਾਬ ਨਾਲ ਲਾਲਚ ਹੈ ਜਿਹੜਾ ਉਹ ਸਭ ਤੋਂ ਵੱਡਾ ਵਾਇਰਸ, ਜਦੋਂ ਬੰਦਾ ਸੂਝਵਾਨ ਹੋ ਜਾਂਦਾ ਥੋੜ੍ਹਾ ਜਿਹਾ ਉਹਦੇ 'ਚ ਵਾਇਰਸ ਇਹ ਲਾਲਚ ਦਾ ਆ ਜਾਂਦਾ। ਮੋਹ ਤੋਂ ਬਿਨਾਂ ਸ੍ਰਿਸ਼ਟੀ ਨਹੀਂ ਬਣਦੀ, ਪ੍ਰਥਮਾ ਮੋਹ ਉਪਾਇਕ ਹੈ ਜਗਤ ਉਪਾਇਆ, ਪਹਿਲਾਂ ਮੋਹ ਪੈਦਾ ਹੁੰਦਾ ਫਿਰ ਸ੍ਰਿਸ਼ਟੀ ਦੀ ਰਚਨਾ ਹੋਈ। ਸੋ ਇਹ ਹੈਗੇ ਤਾਂ ਸੀਗੇ ਪਰਮਾਤਮਾ ਨੇ ਬਣਾਏ ਹੋਏ ਅਸਲ ਸਿਧਾਂਤ ਬਣਾਏ ਹੋਏ ਸੀ ਵੀ ਇਹਨਾਂ ਨੂੰ ਬੰਦਾ ਸਮਝ ਕੇ ਚੱਲੇ, ਲੇਕਿਨ ਉਹ ਆਪਾਂ ਬਿਮਾਰੀ ਬਣਾ ਲਈ, ਉਹ ਆਪਣੇ 'ਚ ਰੋਗ ਬਣ ਗਏ ਉਹ। ਸੋ ਇਸ ਤਰ੍ਹਾਂ ਨੇ ਜੀ ਇਹ ਧਰਮ ਜੀ ਗੱਲਾਂ ਵੀ, ਨਿਯਮ ਦੇ ਅਨੁਸਾਰ ਜਿਹੜਾ ਕੋਈ ਚੱਲੂਗਾ ਉਹ ਸੌਖਾ ਜੀਵਨ ਜੀ ਲੂਗਾ। ਹੁਣ ਮੈਂ ਆਪਦੇ 'ਤੇ ਹੀ ਲੈਂਦਾ ਵੀ ਚਲੋ ਮੈਂ ਆਪਦੀ ਵਡਿਆਈ ਤਾਂ ਕਰਨੀ ਨਹੀਂ ਚਾਹੀਦੀ, ਮੂੰਹ ਮੀਆਂ ਮਿੱਠੂ ਨਹੀਂ ਬਣਨਾ ਚਾਹੀਦਾ ਅੰਗਰੇਜ਼ੀ 'ਚ ਇਸ ਨੂੰ ਕਹਿੰਦੇ ਨੇ, ਹਾਂਜੀ ਰੈਕਮੈਂਡੇਸ਼ਨ ਜਿਹੜੀ ਹੈਗੀ ਆਪਦੇ ਆਪ ਦੀ, ਇਜ਼ ਨੋਟ ਰੈਕਮੈਂਡੇਸ਼ਨ, ਇਹ ਮੂੰਹ ਮੀਆਂ ਮਿੱਠੂ ਨਾ ਬਣੋ, ਆਪਦੇ ਆਪ ਨਾਲ ਮਿੱਠੂ ਬਣੋ। ਹੁਣ ਮੇਰੀ 72 ਸਾਲ ਦੀ ਉਮਰ ਹੋ ਗਈ, ਆ ਚੌਂਕੜਾ ਮਾਰੀ ਬੈਠਾ, ਹਾਂਜੀ ਜੇ ਕਿਸੇ ਨਿਯਮ 'ਚ ਰਹਿੰਦੇ ਹਾਂ ਤਾਂਹੀਓ ਹੈ, ਬਿਲਕੁਲ ਨਹੀਂ ਮੇਰੇ ਹਾਣੀ ਜਿਹੜੇ ਸ਼ਰਾਬਾਂ ਪੀਂਦੇ ਥੇ ਜਾਂ ਹੋਰ ਉਹ ਕਰਦੇ ਸੀਗੇ ਉਹ ਵਿਚਾਰੇ ਕਿੱਦਣ ਦੇ ਚੱਲ ਗਏ, ਜਿਹੜੇ ਹੁਣ ਵੀ ਫਿਰਦੇ ਨੇ ਉਹਨਾਂ ਤੋਂ ਕਿਸੇ ਤੋਂ ਤੁਰਿਆ ਨਹੀਂ ਜਾਂਦਾ, ਕਿਸੇ ਤੋਂ ਕੋਈ ਕੰਮ ਨਹੀਂ ਹੁੰਦਾ। ਉਹ ਫਿਰ ਮੈਨੂੰ ਪੁੱਛਣ ਲੱਗ ਜਾਂਦੇ ਨੇ, ਕਹਿੰਦੇ ਜੀ ਤੁਸੀਂ ਕਿੰਨੇ ਫਿੱਟ ਕਿਵੇਂ ਹੋ, ਕੀ ਖਾਂਦੇ ਹੋ, ਕੀ ਖਾਂਦੇ ਹੋ? ਮੈਂ ਭਾਈ ਖਾਂਦਾ ਕੁਛ ਨਹੀਂ, ਸਵੇਰੇ ਉੱਠੀਦਾ, ਸੈਰ ਸਪਾਟਾ ਕਰੀਦਾ, ਆਪਦੇ ਕੰਮ ਧੰਦੇ। ਫਿਰ ਉਹ ਕਹਿੰਦੇ ਨੇ ਜੀ ਹੁਣ ਤਾਂ ਛੱਡ ਦਿਓ, ਮੈਂ ਕਿਹਾ ਜਿੱਦਣ ਮੰਜੇ 'ਤੇ ਬੈਠ ਕੇ ਸਮਝ ਲਿਆ ਸੀੜੀ 'ਤੇ ਬੈਠ ਕੇ। ਬਿਲਕੁਲ ਸਹੀ ਗੱਲ ਹੈ ਜੀ, ਹਾਂਜੀ ਤੁਹਾਡਾ ਪ੍ਰੈਕਟੀਕਲ ਹੀ ਉਹ ਹੈ ਜੀ। ਹਾਂ ਪ੍ਰੈਕਟੀਕਲ ਇਹ, ਬਿਲਕੁਲ ਤੁਸੀਂ ਕੰਮ ਕਰ ਰਹੇ ਹੋ, ਤੁਹਾਡਾ ਸਰੀਰ ਹੈ ਜਿਹੜਾ ਉਹ ਹਰਕਤ ਦੇ ਵਿੱਚ ਹੈ। ਹੁਣ ਵੈਸੇ ਇਹ ਦਵਾਈ ਵੀ ਕੋਈ ਨਹੀਂ ਹੈ, ਜੜੀ ਬੂਟੀ ਹੈ, ਜਮੈਣ ਹੈ। ਹੁਣ ਸਵੇਰ ਵੇਲੇ ਜਮੈਣ ਸੌਂਫ ਥੋੜ੍ਹੇ ਜਿਹੇ ਮਤਲਬ ਇਹ ਚੀਜ਼ਾਂ ਪਾ ਕੇ, ਅਦਰਕ ਪਾ ਕੇ ਕੁੱਟ ਕੇ ਉਹਨਾਂ ਨੂੰ ਪਾਣੀ 'ਚ ਕਾਢ ਕੇ ਇੱਕ ਗਲਾਸ ਸਵੇਰ ਵੇਲੇ ਲੈ ਪੀਂਦਾ। ਐਤਕੀ ਦੀ ਮੈਨੂੰ ਆ ਰੇਸ਼ਾ ਬੇਸ਼ਾ ਖੰਘ ਖੁੰਘ ਜ਼ੁਕਾਮ ਨਜ਼ਲਾ ਕੁਛ ਵੀ ਨਹੀਂ ਹੋਇਆ। ਨਿਯਮ ਹੈ ਉਹ, ਨਿਯਮ ਦੇ ਹਿਸਾਬ ਨਾਲ ਮਤਲਬ ਸਰੀਰ ਸਾਡਾ ਤੰਦਰੁਸਤ ਹੈ। ਸੋ ਇਹ ਹੈ ਜੀ ਸਾਨੂੰ ਮਤਲਬ ਨਿਯਮ ਦੇ ਅਨੁਸਾਰ ਚੱਲਣਾ ਚਾਹੀਦਾ। ਸਾਡੀ 84 ਲੱਖ ਆਪ ਹੀ ਕੱਟ ਜਾਂਦੀ ਹੈ, ਆਪ ਹੀ ਆਪਣਾ ਜਿਹੜਾ ਨਰਕ ਹੈ ਉਹ ਵੀ ਸੁਰਗ ਬਣ ਜਾਂਦਾ। ਜੇ ਪਹਿਲਾਂ ਲੜਾਈ ਰਹਿੰਦੀ ਹੈ ਘਰ ਦੇ ਵਿੱਚ ਨਰਕ ਬਣਿਆ ਹੋਇਆ, ਤੁਸੀਂ ਨਿਯਮ 'ਚ ਆ ਜਾਓ ਉਹੀ ਸੁਰਗ ਬਣ ਜਾਓ, ਉਹੀ ਸਵਰਗ ਬਣ ਜਾਓ। ਇੱਕ ਦੂਜੇ ਨੂੰ ਸਮਝੋ, ਸਮਝੋ ਵਿੱਚ ਮੇਲ ਮਿਲਾਪ ਰੱਖੋ, ਪਿਆਰ ਰੱਖੋ, ਤੇ ਉਹ ਪਿਆਰ ਰੱਖੋ ਜੀ, ਆਪ ਹੀ ਸੁਰਗ ਬਣ ਜਾਂਦੇ, ਹੋਰ ਤਾਂ ਕੋਈ ਵੱਡੀ ਗੱਲ ਨਹੀਂ। ਹਾਂਜੀ ਹੋਰ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਧੰਨਵਾਦ ਤੁਹਾਡਾ ਵੀ ਜੀ, ਤੁਸੀਂ ਸੰਗਤ ਤੋਂ ਵੀ ਮਾਫੀ ਮੰਗਦੇ ਆ ਵੀ ਜੇ ਕੋਈ ਗਲਤੀ ਹੋ ਗਈ ਹੋਵੇ ਭਾਈ ਮਾਫ ਕਰ ਦਿਓ, ਕਿਉਂ ਅਸੀਂ ਐਡੇ ਮਤਲਬ ਕਥਾਵਾਚਕ ਜਾਂ ਪ੍ਰਚਾਰਕ ਜਾਂ ਬਾਬੇ ਤਾਂ ਹੈ ਨਹੀਂ ਕੋਈ ਇਸ ਤਰ੍ਹਾਂ। ਚਲੋ ਫਿਰ ਵੀ ਬਹੁਤ ਧਿਆਨ ਰੱਖਦੇ ਵਿੱਚ। ਸੋ ਇਹ ਹੈ ਵੀ ਬੰਦੇ ਨੂੰ ਖੋਜਣਾ ਚਾਹੀਦਾ, ਜੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਾਂ ਮਗਰ ਲੱਗੇ ਹਾਂ ਤਾਂ ਇੱਥੇ ਹੀ ਨਾ ਫਸ ਕੇ ਕੱਢ ਜਾਓ ਵੀ 10 ਗੁਰੂਆਂ ਦੀ ਨਾਂ ਯਾਦ ਕਰਨੇ ਨੇ, ਉੱਥੇ ਉਹਨੂੰ ਖੋਜੋ ਜਾਂ ਪਾਠ ਕਰਾ ਲਿਆ, ਭੋਗ ਪਾਤਾ, ਲੋਕਾਂ ਨੂੰ ਸ਼ਿਕਾਤਾ ਤੇ ਕੰਮ ਨਿਬੜ ਗਿਆ, ਇੱਥੇ ਨਾ ਖੜੋ। ਕੂੜ ਤੇ ਸੱਚ ਦਾ ਨਿਤਾਰਾ ਕਰੋ ਵੀ ਗੁਰੂ ਨੇ ਕਿਹੜੀ ਕਿਹੜੀ ਗੱਲ ਨੂੰ ਕੂੜ ਕਹਿ, ਕਿਹੜੀ ਗੱਲ ਨੂੰ ਸੱਚ ਸੱਚ ਕਹਿ, ਆਹ ਚੀਜ਼ ਹੈ। ਹਾਂਜੀ ਪਾਠ ਕਰਾਉਣ ਨਾਲ ਕੋਈ ਬੰਦਾ ਇਹ ਨਹੀਂ ਹੈਗਾ ਵੀ ਪਾਠ ਕਰਾ ਲਿਆ ਕੰਧਾਂ ਨੂੰ ਸੁਣਾ ਤਾ, ਉਹਦੇ 'ਚ ਕੋਈ ਫਾਇਦਾ ਨਹੀਂ ਜਿੰਨਾ ਚਿਰ ਪ੍ਰੈਕਟੀਕਲੀ ਨਹੀਂ ਕਰਦੇ। ਬਿਲਕੁਲ, ਸੋ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਮਿਹਰਬਾਨੀ ਜੀ, ਸਮਾਂ ਕੱਢਿਆ, ਸ਼ੁਕਰੀਆ ਜੀ, ਬੇਸਕੀਮਤੀ ਵਿਚਾਰਾਂ ਨੇ ਜਿਹੜੀਆਂ ਉਹ ਸੰਗਤਾਂ ਦੇ ਨਾਲ ਸਾਂਝੀਆਂ ਕੀਤੀਆਂ, ਧੰਨਵਾਦ। ਸੋ ਦੋਸਤੋ ਅੱਜ ਆਪਾਂ ਨੇ ਗਿਆਨੀ ਅਮਰੀਕ ਸਿੰਘ ਜੀ ਨੰਗਲਾ ਉਹਨਾਂ ਦੇ ਨਾਲ ਵਿਚਾਰਾਂ ਕੀਤੀਆਂ, ਉਹਨਾਂ ਦੀਆਂ ਵਿਚਾਰਾਂ ਨੇ ਜੋ ਉਹ ਸੁਣੀਆਂ, ਕਿਉਂਕਿ ਕਾਫੀ ਖੋਜ ਰੱਖਦੇ ਨੇ ਸਾਡੇ ਗੁਰਮਤਿ ਦੇ ਬਾਰੇ ਦੇ ਵਿੱਚ। ਸੋ ਅੱਜ ਆਪਾਂ ਨੇ ਉਹਨਾਂ ਤੋਂ ਵਿਚਾਰਾਂ ਸੁਣੀਆਂ। ਸੋ ਅਗਲੀ ਵਾਰੀ
ਅਸੀਂ ਫਿਰ ਤੁਹਾਨੂੰ ਕਿਸੇ ਹੋਰ ਸ਼ਖਸੀਅਤ ਦੇ ਰੂਬਰੂ ਕਰਵਾਵਾਂਗੇ। ਉਦੋਂ ਤੱਕ ਮੈਨੂੰ ਦਿਓ ਆਗਿਆ। ਸਤਿ ਸ੍ਰੀ ਅਕਾਲ।